إن الحمد لله حمدا كثيرا حمدا كثيرا طيبا مباركا فيه يا رب لك الحمد كما ينبغي لجلال وجهك وعظيم سلطانك أما بعد فأعوذ بالله السميع العليم من الشيطان الرجيم بسم الله الرحمن الرحيم أولئك على هدى من ربهم وأولئك هم المفلحون تمام قسم دی حمد و ثنا کبریائی دے پاک مطہر معلی کلمے اللہ مالک العلام واسطے نے جو پوری کائنات دا خالق و مالک یدبر الامر علا کل شیء قدیر فعال لما یرید یفعل ما یشاء انگن لا تعداد بے شمار درود و سلام آقا دو جہاں حبیب کبریا والی بتہا سید الاولین والآخرین احمد مجتبی محمد مصطفیٰ صلی اللہ علیہ وسلم آپ دی ذات بابرکات انتہائی محترم بھائیو دوستو بزرگو عزت و احترام دلائق معززات موقرات ماؤں بہنوں بیٹیو اللہ مالک العلام دی مقدس معلہ اعلیٰ و عرفا کتاب دا ایک مقام ہے رب ارض و سما کلو دعا ہے اللہ میں گناہگار نو ادا مفہوم بیان کرن دی توفیق عطا فرمائے رب ارض و سما سنن سنان تو بعد آم میرے سمیت جن دوست احباب محبت عقیدت مودت چاہت پیار الفت انس دے نال تشریف فرما اللہ سب نو عمل دی توفیق عطا فرما دے میرے تو قبل تو صاحباب مقرر شیری بے عام واضح خوش الحان حضرت مولانا حرون یاسر بغوی صاحب دا خطاب سنو رہے سو میں بھی دو چار گزارشات کرانگا دعا ہے جو سنیے اللہ سن کے سمجھن دی عمل دی توفیق عطا فرما ہر بندے دا اپنا اپنا معیار تے اپنا اپنا ذہن تے اپنی اپنی سوچ ہوندی ہے
ਤੇ ਕੋਈ ਕਿਸੇ ਦੀ ਸੋਚ ਤੇ ਪਾਬੰਦੀ ਵੀ ਐਦ ਨਹੀਂ ਕਰ ਸਕਦਾ। ਔਰ ਇਸੇ ਹੀ ਤਰ੍ਹਾਂ ਮਸਾਇਲ ਦੀ ਦੁਨੀਆ ਦੇ ਅੰਦਰ ਕਿਸੇ ਨੂੰ ਮਸਲਾ ਸਮਝਾਇਆ ਜਾ ਸਕਦਾ, ਨਾ ਜ਼ਬਰਦਸਤੀ ਮਨਾਇਆ ਨਹੀਂ ਜਾ ਸਕਦਾ। ਔਰ ਹਦਾਇਤ ਮੇਰੇ ਅੱਲਾਹ ਕੋਲ ਹੈ। ਔਰ ਅਗਲੀ ਗੱਲ ਇਹ ਹੈ, ਸਰਕਾਰ ਮਦੀਨਾ ਨੇ ਸਹੀ ਬੁਖਾਰੀ 'ਚ ਫਰਮਾਏ ਕਿ ਮੈਂ ਯੁਰੀਦਿਲਲਾਹੁ ਬਿਹੀ ਖੈਰਨ ਯੁਫੱਕਿਹੁ ਫਿੱਦੀਨ, ਜਿਸ ਬੰਦੇ ਨਾਲ ਮੇਰਾ ਰੱਬ ਮੁਹੱਬਤ ਕਰਦਾ ਹੈ, ਅੱਲਾ ਪਿਆਰ ਕਰਦਾ ਹੈ, ਅਤੇ ਅੱਲਾ ਨੂੰ ਆਪਣੇ ਦੀਨ ਦੀਆਂ ਸਮਝਾਂ ਤਾਂ ਫਰਮਾ ਦਿੰਦਾ। ਤੋ ਸਭ ਤੋਂ ਜ਼ਿਆਦਾ ਖੁਸ਼ ਨਸੀਬ ਹੋਏ ਜਿਹਨੂੰ ਅੱਲਾ ਦੇ ਦੀਨ ਦੀ ਕੋਈ ਸਮਝ ਆ ਗਈ ਹੋਵੇ, ਔਰ ਸਰਕਾਰ ਦਾ ਉਹ ਸੱਚਾ ਗੁਲਾਮ ਬਣ ਗਿਆ ਹੋਵੇ, ਔਰ ਨਬੀ ਪਾਕ ਦੀ ਸੁਨਤ ਨੂੰ ਉਹਨੇ ਓੜਨਾ ਵਿਛਾਉਣਾ ਬਣਾਇਆ ਹੋਵੇ, ਤਾਂ ਸਮਝ ਲਓ ਬੜਾ ਖੁਸ਼ ਨਸੀਬ ਇਨਸਾਨ ਹੈ। ਔਰ ਇਹ ਵੀ ਬਾਤ ਯਾਦ ਰੱਖਣਾ, ਦੁਨੀਆਂ 'ਚ ਦੌਲਤਾਂ ਬੜੀਆਂ ਨੇ, ਕਿਸੇ ਕੋਲ ਪੈਸਾ ਹੈ, ਕਿਸੇ ਕੋਲ ਜ਼ਮੀਨ ਹੈ, ਜਾਇਦਾਦ ਹੈ, ਬਹੁਤ ਕੁਛ, ਲੇਕਿਨ ਹਦਾਇਤ ਤੋਂ ਬੜੀ ਕਾਇਨਾਤ 'ਚ ਕੋਈ ਦੌਲਤ ਨਹੀਂ ਹੈ। ਜਿਹਨੂੰ ਅੱਲਾ ਹਦਾਇਤ ਦੀ ਦੌਲਤ ਨਾਲ ਮਹਾਰਾਵਰ ਫਰਮਾ ਦੇ, ਅਤੇ ਹਦਾਇਤ ਕਿਸੇ ਦੁਕਾਨ 'ਤੇ ਨਹੀਂ ਵੇਖਦੀ ਵੀ ਪਾਈਆ ਦੇ ਦਿਓ, ਅੱਧਾ ਕਿਲੋ ਦੇ ਦਿਓ, ਤੂੰ ਸਵਾ ਕਿਲੋ ਦੇ ਦਿਓ। ਹਦਾਇਤ ਅੱਲਾ ਤਾਲਾ ਦੀ ਅਤਾ ਹੈ, ਅੱਲਾ ਦਾ ਸਾਡਾ ਵੀ ਕਾਨੂੰਨ ਏ, ਅਸੂਲ ਏ, ਵਯਹਦੀ ਇਲੈਹੀ ਮੈਂ ਯੁਨੀਬ। ਅੱਲਾ ਦਾ ਅਸੀਂ ਵੀ ਹਦਾਇਤ ਉਹਨੂੰ ਦੇਣੇ ਹਾਂ ਜਿਹੜਾ ਥੋੜ੍ਹਾ ਜਿਹਾ ਸਾਡੇ ਵਾਲੇ ਪਾਸੇ ਆਉਂਦਾ। ਵੀ ਇੱਕ ਭਾਂਡਾ ਹੀ ਮੂਧਾ ਪਿਆ ਹੁੰਦਾ, ਤਾਂ ਟੂਬਲ ਵੀ ਚਲਾਓ ਤਾਂ ਕਿਹੜਾ ਕਤਰਾ ਅੰਦਰ ਜਾ ਡਿੱਗਣਾ, ਉਹ ਸਾਰਾ ਦਿਨ ਮੂਧਾ ਪਿਆ ਰਹੇ। ਅੱਲਾ ਦਾ ਜਿਹੜਾ ਥੋੜ੍ਹਾ ਜਿਹਾ ਸਾਡੇ ਲਾਈਨ 'ਚ ਝੁਕਦਾ ਹੈ ਨਾ, ਅਸੀਂ ਉਹਨੂੰ ਹਦਾਇਤ ਦੀ ਦੌਲਤ ਨਾਲ ਮਾਲਾ ਮਾਲ ਫਰਮਾ ਦੇਣੇ। ਅੱਲਾ ਦਾ ਵੱਲਦੀਨ ਜਾਹਦੂ ਫੀਨਾ ਲਨਹਦੀਯਨਹੁਮ ਸੁਬੁਲਨਾ। ਅੱਲਾ ਦਾ ਸਾਡਾ ਕਾਨੂੰਨ ਇਹ ਅਸੂਲ ਏ, ਜਿਹੜਾ ਸਾਡੇ ਰਾਸਤੇ 'ਚ ਕੋਸ਼ਿਸ਼ ਕਰਦਾ, ਸਾਡਾ ਬਣਨ ਦੀ ਕੋਸ਼ਿਸ਼ ਕਰਦਾ, ਅੱਲਾ ਦਾ ਅਸੀਂ ਉਹਨੂੰ ਆਪਣਾ ਬਣਾ ਲੈਂਦੇ ਹਾਂ। ਅੱਲਾ ਦਾ ਫਿਰ ਉਹ ਜਦੋਂ ਇਸ ਮਿਆਰ 'ਤੇ ਅੱਪੜ ਜਾਂਦਾ ਨਾ, ਅਸੀਂ ਜਿਵੇਂ ਆਉਂਦੇ ਹਾਂ ਉਹ ਕਰਦਾ, ਅਤੇ ਮੁੜ ਜਿਵੇਂ ਉਹ ਆਉਂਦਾ ਅਸੀਂ ਫਿਰ ਉਵੇਂ ਹੀ ਕਰ ਦਿੰਦੇ ਹਾਂ। ਔਰ ਇਸ ਮੰਜ਼ਿਲ 'ਤੇ ਪਹੁੰਚਣਾ ਚਾਹੀਦਾ ਵਾ, ਅਲੈ ਸਲਿਲ ਇਨਸਾਨ ਇਲਾ ਮਾਸਾ, ਜਿੰਨੀ ਕੋਈ ਮਿਹਨਤ ਕਰਦਾ ਉਨਾ ਹੀ ਰੱਬ ਦੇ ਨੇੜੇ ਹੁੰਦਾ। ਹੁਣ ਕਈ ਆਉਂਦੇ ਨੇ, ਮੌਲਵੀ ਜੀ ਸਾਡੇ ਵੱਲ ਰਹਿਮਤ ਹੀ ਕੋਈ, ਮੈਂ ਤੂੰ ਰਹਿਮਤ ਦੇ ਨੇੜੇ ਹੋਵੇ ਤਾਂ ਫਿਰ, ਜੇ ਨਹੀਂ ਆਉਂਦੀ ਕਿਸੇ ਛੋਰ ਦਾ ਨਾਂ ਰਹਿਮਤ ਰੱਖ ਲਾ, ਇਹੋ ਹੀ ਹੋ ਸਕਦਾ। ਕਈ ਆਉਂਦੇ ਨੇ, ਮੌਲਵੀ ਸਾਡੇ ਘਰੋਂ ਤਾਂ ਫਿਰ ਬਰਕਤ ਹੀ ਉੱਠ ਗਈ। ਮੈਂ ਕਿਹਾ ਬਾਲ ਦਾ ਨਾਂ ਬਰਕਤ ਰੱਖ ਲਓ, ਉਂਝ ਤਾਂ ਕੋਈ ਨਹੀਂ ਆਉਣੇ ਜਿਹੋ ਜਿਹੇ ਕੰਮ ਅਸੀਂ ਕਰਨੇ ਆ। ਅੱਲਾ ਦਾ ਵੀ ਸਾਡਾ ਕਾਨੂੰਨ ਹੈ ਵੀ ਬਰਕਤ ਉਂਝ ਤਾਂ ਨਹੀਂ ਆਉਂਦੀ ਜਿਵੇਂ ਦੇ ਸਾਡੇ ਆਮ ਹਾਲ, ਅਤੇ ਅੱਲਾ ਦਾ ਜਿਹੜਾ ਸਾਡੇ ਨੇੜੇ ਹੁੰਦਾ ਉਹਨੂੰ ਹੀ ਕੁਛ ਦਿੰਦੇ ਹਾਂ ਨਾ, ਸਾਡੇ ਕਰੀਬ ਹੋਏ। ਮੈਂ ਇੱਕੋ ਹੀ, ਔਰ ਇੱਕ ਗੱਲ ਇਹ ਵੇ ਕਿ ਜਦੋਂ ਹਦਾਇਤ ਹੋਵੇ ਫਿਰ ਦੀਨ ਨੂੰ ਸਮਝਣਾ ਆਸਾਨ ਹੁੰਦਾ, ਫਿਰ ਹਰ ਗੱਲ 'ਤੇ ਚੱਲਣਾ ਵੀ ਆਸਾਨ ਹੁੰਦਾ, ਮੁਸ਼ਕਿਲ ਨਹੀਂ। ਮੈਂ ਹਦੀਸ ਬਿਆਨ ਕਰਨ ਲੱਗਾ, ਸਹੀ ਉਲਜਾਮ ਹੈ ਤਬਰਾਨੀ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇਸ ਇੱਕੋ ਹੀ ਹਦੀਸ ਦੇ ਅੰਦਰ 12 ਚੀਜ਼ਾਂ ਦਾ ਜ਼ਿਕਰ ਫਰਮਾਇਆ। ਕਿੰਨੀਆਂ ਚੀਜ਼ਾਂ? 12। ਔਰ ਉਹ ਮੈਂ 12 ਹੀ ਥੋੜ੍ਹੀਆਂ ਥੋੜ੍ਹੀਆਂ ਜ਼ਿਕਰ ਕਰਾਂਗਾ, ਨਬੀ ਪਾਕ ਦੀ ਸਿਰਫ ਇੱਕੋ ਹੀ ਹਦੀਸ ਬਿਆਨ ਕਰਾਂਗਾ, ਜ਼ਰਾ ਤਵੱਜੋ ਕਰਨਾ। ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦੁਰ ਰਸੂਲੁਲਲਾਹ ਸੱਲੱਲਾ ਸੱਲਮ ਦਾ ਪਰਵਾਨਾ, ਅੱਲਾ ਦੇ ਨਬੀ ਦਾ ਦੀਵਾਨਾ। ਵਅਨ ਅਨਸਿਨ ਕਾਲ ਕਾਲ ਰਸੂਲੁਲਲਾਹਿ ਸੱਲੱਲਾਹੁ ਅਲੈਹਿ ਵਸੱਲਮ, ਸਰਕਾਰੇ ਮਦੀਨਾ ਦਾ ਪਰਵਾਨਾ ਤੇ ਅੱਲਾ ਦੇ ਨਬੀ ਦਾ ਦੀਵਾਨਾ, ਹਜ਼ਰਤ ਅਨਸਾਨੇ ਨੇ ਕਿ ਸਰਕਾਰੇ ਮਦੀਨਾ ਨੇ ਫਰਮਾਇਆ ਏ, ਆਮਿਨਾ ਦੇ ਲਾਲ ਨੇ ਫਰਮਾਇਆ ਵੇ, ਹਸਨੋ ਹੁਸੈਨ ਦੇ ਨਾਨਾ ਜੀ ਨੇ ਫਰਮਾਇਆ ਵੇ, ਸਰਕਾਰੇ ਮਦੀਨਾ ਨੇ ਮੇਰੇ ਉਮਤੀਓ ਸਲਾਸੁਨ ਕਫਾਰਾਤੁਨ ਸਲਾਸੁਨ ਦਰਜਾਤੁਨ ਸਲਾਸੁਨ ਮੁੰਜੀਆਤੁਨ ਸਲਾਸੁਨ ਮੁਹਲਿਕਾਤੁਨ। ਸਰਕਾਰੇ ਮਦੀਨਾ ਦਾ ਪਰਵਾਨਾ ਦੇ ਕੇ ਸਰਕਾਰਾਂ ਨੇ ਮੇਰੇ ਉਮਤੀਓ ਸਲਾਸੁਨ ਕਫਾਰਾਤੁਨ। ਤਿੰਨ ਚੀਜ਼ਾਂ ਇੰਜ ਦੀਆਂ ਨੇ ਜਿਹੜਾ ਬੰਦੇ ਦੇ ਗੁਨਾਹਾਂ ਦਾ ਕੁਫਾਰਾ ਬਣ ਜਾਂਦੀਆਂ ਨੇ, ਤੇ ਸਰਕਾਰਾਂ ਨੇ ਮੇਰੇ ਉਮਤੀਓ ਸਲਾਸੁਨ ਦਰਜਾਤੁਨ
ਮੈਂ ਤੇਰਾ ਨਬੀ ਦੱਸਣਾ ਵਾ ਕਿ ਤਿੰਨ ਚੀਜ਼ਾਂ ਇੰਜ ਦੀਆਂ ਨੇ ਜਿਹੜੀਆਂ ਬੰਦੇ ਦੇ ਦਰਜੇ ਬੁਲੰਦ ਫਰਮਾ ਦਿੰਦੀਆਂ ਨੇ। ਤੇ ਸਰਕਾਰੇ ਮਦੀਨਾ ਦੇ ਨੇ ਮੇਰੇ ਉਮਤੀਓ ਸਲਾ ਸੁਨ ਮੁਨਜੀਆਤ, ਆ ਤਿੰਨ ਚੀਜ਼ਾਂ ਇੰਜ ਦੀਆਂ ਨੇ ਜਿਹੜੀਆਂ ਬੰਦੇ ਨੂੰ ਨਿਜਾਤ ਦੇ ਦਿੰਦੀਆਂ ਨੇ। ਔਰ ਸਰਕਾਰੇ ਮਦੀਨਾ ਦੇ ਨੇ ਸਲਾ ਸੁਨ ਮੁਹਲਿਕਾਤ, ਨਬੀ ਪਾਕ ਕਹਿੰਦੇ ਉਹ ਮੇਰੇ ਉਮਤੀਓ ਤਿੰਨ ਚੀਜ਼ਾਂ ਇੰਜ ਦੀਆਂ ਨੇ ਜਿਹੜੀਆਂ ਬੰਦੇ ਨੂੰ ਹਲਾਕ ਤੇ ਤਬਾਹ ਬਰਬਾਦ ਕਰ ਦਿੰਦੀਆਂ ਨੇ। ਆਨਾ ਤਰ੍ਹਾਂ ਮੈਂ ਥੋੜੀ ਜਿਹੀ ਡਿਟੇਲ ਪਿਆ ਅਰਜ਼ ਕਰਨਾ ਵਾ। ਪਹਿਲੀ ਗੱਲ, ਮੇਰੇ ਨਬੀ ਪਾਕ ਨੇ ਕੀ ਫਰਮਾਈ ਏ, ਸਲਾ ਸੁਨ ਕਫਾਰਾ ਤੁਨ, ਤਿੰਨ ਚੀਜ਼ਾਂ ਬੰਦੇ ਦੇ ਗੁਨਾਹ ਦਾ ਕਫਾਰਾ ਬਣ ਜਾਂਦੀਆਂ ਨੇ। ਸਰਕਾਰ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਜ਼ਰਾ ਨੋਟ ਕਰ ਲੈਣਾ, ਕਫਾਰਾ ਕੀ ਬਣਦੀਆਂ ਨੇ। ਸਰਕਾਰੇ ਮਦੀਨਾ ਨੇ ਦੱਸਿਆ ਵੇ, ਆਮਿਨਾ ਦੇ ਲਾਲ ਨੇ ਫਰਮਾਇਆ ਏ, ਸਰਕਾਰੇ ਮਦੀਨਾ ਦੇ ਨੇ ਜ਼ਰਾ ਤਵੱਜੋ ਕਰ ਲੈਣਾ ਮੇਰੇ ਵੀਰਾ। ਸਰਕਾਰ ਆਂਦੇ ਨੇ ਅਸਬਾਹੁਲ ਵੁਦੂ ਫੀ ਸਬਰਾਤ, ਨਬੀ ਪਾਕ ਆਂਦੇ ਨੇ ਸਖਤੀ ਸਰਦੀ ਸਖਤ ਪੈ ਰਹੀ ਹੋਵੇ, ਫੀ ਸਬਰਾਤ, ਮੇਰੇ ਨਬੀ ਆਂਦੇ ਨੇ ਸਰਦੀ ਦੇ ਮੌਸਮ ਦੇ ਅੰਦਰ ਬੰਦਾ ਵੁਜ਼ੂ ਤਸੱਲੀ ਨਾਲ ਕਰਦਾ ਵੇ, ਚੰਗੀ ਤਰ੍ਹਾਂ ਸਵਾਰ ਕੇ ਵੁਜ਼ੂ ਕਰਦਾ ਵੇ, ਜਿਸ ਤਰ੍ਹਾਂ ਸਹੀ ਮੁਸਲਮ ਚ ਲਿਖਿਆ ਵੇ, ਅਨ ਅਬੀ ਹੁਰੈਰਾਤਾ ਕਾਲ ਕਾਲ ਰਸੂਲੁਲਾਹ ਸੱਲੱਲਾਹੁ ਅਲੈਹਿ ਵਸੱਲਮ, ਜ਼ਰਾ ਸਰਕਾਰ ਦੀਆਂ ਹਦੀਸਾਂ ਸਮਾਤ ਫਰਮਾਉਂਦੇ ਜਾਣਾ। ਸਰਕਾਰ ਆਂਦੇ ਨੇ ਮੇਰੇ ਸਰਕਾਰ ਆਂਦੇ ਨੇ ਮੈਂ ਤੈਨੂੰ ਇੰਜ ਦੀ ਚੀਜ਼ ਨਾ ਦੱਸਾਂ ਸਿਆਪਾ ਜਿਹੜੇ ਗੁਨਾਹ ਮਿਟਾ ਦਿੰਦੀ ਏ, ਦਰਜੇ ਬੁਲੰਦ ਫਰਮਾ ਦਿੰਦੀ ਏ। ਤੇ ਸਿਆਪਾ ਆਂਦੇ ਨੇ ਸੋਹਣਿਆ ਉਹ ਕਿਹੜੀਆਂ ਸਈਆਂ ਨੇ, ਸਰਕਾਰ ਆਂਦੇ ਨੇ ਅਸਬਾਹਲ ਵੁਜ਼ੂਈ ਅਲਾ ਮਕਾਰਿਹੀ, ਨਬੀ ਪਾਕ ਆਂਦੇ ਨੇ ਵੁਜ਼ੂ ਨੂੰ ਸਹੀ ਤਰੀਕੇ ਨਾਲ ਕਰਨ ਨਾਲ ਅੱਲਾ ਬੰਦੇ ਦੇ ਗੁਨਾਹ ਮਿਟਾ ਦਿੰਦਾ। ਅੱਛਾ, ਹੁਣ ਗੁੱਸਾ ਨਾ ਕਰਿਆ ਜੇ, ਇਹ ਤੇ ਫਿਰ ਉਹਨੂੰ ਹੀ ਗੁਨਾਹ ਮਿਟਣੇ ਨੇ ਨਾ ਜਿਹੜੇ ਵੁਜ਼ੂ ਕਰਨਾ। ਤੇ ਕਈ ਸਾਡੇ ਉਹ ਵੀ ਤਾਂ ਭਰਾ ਨੇ ਜਿਹੜੇ ਈਦ 'ਤੇ ਹੀ ਵੁਜ਼ੂ ਕਰਦੇ ਨੇ, ਹੈਗੇ ਨੇ ਕਿ ਨਹੀਂ ਇਹ ਜੇ ਕਈ, ਮਾਸ਼ਾਅੱਲਾ ਰੋਜ਼ਿਆਂ ਨੂੰ ਆ ਤੇ ਵੁਜ਼ੂ ਕਰਦੇ ਨੇ, ਤੇ ਕਈ ਮਾਸ਼ਾਅੱਲਾ ਜਨਾਜ਼ਿਆਂ ਨੂੰ ਆ ਤੇ ਵੁਜ਼ੂ ਕਰਦੇ ਨੇ। ਇਹ ਤਾਂ ਜਿਹਨੇ ਰੋਜ਼ ਕਰਨਾ ਉਹਨੂੰ ਸਾਫ ਲੱਭਣਾ ਭਾਈ। ਦੁਆ ਕਰੋ ਅੱਲਾ ਵੁਜ਼ੂ ਕਰਨ ਦੀ ਤੋਫੀਕ ਦੇ, ਜਿਹਨੇ ਵੁਜ਼ੂ ਕੀਤਾ ਨਮਾਜ਼ ਵੀ ਤਾਂ ਪੜ੍ਹੇ ਦੇ ਨਾ ਫਿਰ, ਤਾਂ ਦੁਆ ਕਰੋ ਅੱਲਾ ਸਾਰੇ ਭਾਵਨਾਵਾਂ ਨੂੰ ਵੁਜ਼ੂ ਵੀ ਕਰਨ ਦੀ ਤੋਫੀਕ ਦੇ ਅਤੇ ਨਮਾਜ਼ ਵੀ ਪੜ੍ਹਨ ਦੀ ਤੋਫੀਕ ਦੇ। ਅਤੇ ਸਰਕਾਰ ਆਂਦੇ ਨੇ ਵੁਜ਼ੂ ਤਸੱਲੀ ਨਾਲ ਕਰਨ ਨਾਲ ਬੰਦਾ ਅੱਲਾ ਰੱਬੁਲ ਇੱਜ਼ਤ ਬੰਦੇ ਦੇ ਗੁਨਾਹ ਮਿਟਵਾ ਦਿੰਦੇ ਨੇ, ਉਹਦੇ ਗੁਨਾਹ ਦਾ ਕੁਫਾਰਾ ਹੋ ਜਾਂਦਾ, ਪਹਿਲੀ ਗੱਲ। ਔਰ ਦੂਸਰੀ ਚੀਜ਼, ਹੁਣ ਕਈ ਵਾਰੀ ਅਸੀਂ ਇਹਦੇ ਵੇਹ ਨੇ ਬੰਦੇ ਵੁਜ਼ੂ ਕਰਦੇ ਨੇ, ਆ ਬੜਾ ਮਸ਼ੀਨੀ ਜਿਹਾ ਵੁਜ਼ੂ ਹੁੰਦਾ, ਅੱਗੇ ਟੂੰਡੀਆਂ ਛੱਡ ਲੈਂਦੇ ਨਾ। ਹਦੀਸਾਂ 'ਚ ਤਾਂ ਇਹ ਲਿਖਿਆ ਨਾ ਲਵੀ ਇਹਦੇ ਜੇ ਪਾਣੀ ਰੱਖੋ ਤਾਂ ਇੱਥੇ ਮਲ ਕੇ ਧੋਵੋ, ਹੁਣ ਮੜਨ ਮੁੜਨ ਵਾਲਾ ਤਾਂ ਰਿਵਾਜ਼ ਹੀ ਮੁੱਕ ਗਿਆ, ਟੂਟੀ ਛੱਡ ਦੇਣ ਥੱਲੇ ਤਿੰਨ ਵਾਰੀ ਐਂ ਹੀ ਕਰ ਦੇਣਾ ਉਹਦੇ ਠੀਕ ਹੋ ਗਿਆ, ਇਹ ਤਾਂ ਵੁਜ਼ੂ ਹੀ ਇਹ ਜੇ ਹੋ ਗਿਆ। ਅਤੇ ਜੇ ਕਿਹੜਾ ਟੂਟੀ ਵਾਲਾ ਨਾ ਹੋਵੇ, ਦੂਜਾ ਬੇਲੀ ਇੱਥੇ ਪਾਣੀ ਰੱਖ ਲੈਂਦਾ ਉਹ ਤਿੰਨ ਵਾਰੀ ਐਂ ਹੀ ਕਰੀ ਜਾਂਦਾ, ਬਸ ਉਹ ਵੀ ਵੁਜ਼ੂ ਕਰ ਲੈਂਦਾ। ਹਦੀਸ 'ਚ ਕੁਛ ਲਿਖਿਆ, ਔਰ ਇਹ ਵੁਜ਼ੂ ਵਾਲਾ ਕਿੰਨਾ ਜ਼ਰੂਰੀ ਹੈ। ਆ ਕਈ ਬੰਦੇ ਇਹਦੇ ਹੁੰਦੇ ਨਾ, ਇਹ ਛੇਤੀ ਜਿਹੜੇ ਵੁਜ਼ੂ ਕਰਦੇ ਨੇ, ਕਿਸੇ ਦਾ ਗਿੱਟਾ ਸੁੱਕਾ, ਕਿਸੇ ਦੀ ਅਰਕ ਸੁੱਕੀ। ਹੁਣ ਹਦੀਸ ਹੈ ਅਬੂ ਦਾਊਦ ਦੀ, ਇੱਕ ਸਿਹਾਬੀ ਵੁਜ਼ੂ ਕਰਕੇ ਆਇਆ ਨਾ ਵੁਜ਼ੂ, ਅਤੇ ਉਹਦੀ ਨਹੁੰ ਜਿੰਨੀ ਜਗ੍ਹਾ ਸੁੱਕੀ ਰਹਿ ਗਈ ਸੁੱਕੀ, ਅਤੇ ਸਰਕਾਰ ਆਂਦੇ ਨੇ ਜਦ ਦੁਬਾਰਾ ਵੁਜ਼ੂ ਕਰਦੇ ਆ ਨਹੁੰ ਜਗ੍ਹਾ ਜਿੰਨੀ ਸੁੱਕੀ ਰਹਿ ਗਈ। ਅਤੇ ਜਿਹੜੇ ਸਾਡੇ ਮੁਸਲੇ ਨੇ, ਇਹਨੂੰ ਕਿਸੇ ਨੂੰ ਆਖੋ ਤੇਰੀ ਅਰਕ ਸੁੱਕੀ ਹੈ, ਇਹ ਥੁੱਕ ਨਾਲ ਹੀ ਗਿੱਲੀ ਕਰ ਲੈਂਦੇ ਨੇ, ਦੁਬਾਰਾ ਵੁਜ਼ੂ ਕਰਨ ਵਾਲੀ ਤਾਂ ਗੱਲ ਨਹੀਂ ਛੱਡ ਦਿਓ ਨਾ। ਅਗਰ ਆਪ ਤਵੱਜੋ ਕਰੋ, ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦੁਰ ਰਸੂਲੁਲਾਹ ਸੱਲੱਲਾਹੁ ਸੱਲਮ ਨੇ ਦੱਸਿਆ ਵੇ, ਸਰਕਾਰੇ ਮਦੀਨਾ ਨੇ ਦੱਸਿਆ ਵੇ, ਨਬੀ ਪਾਕ ਨੇ ਅਸਬਾਹਲ ਵੁਦੂਈ ਫੀ ਸਬਰਾਤ,
ਸਰਕਾਰ ਆਂਦੇ ਨੇ ਜਿਹੜਾ ਸਰਦੀ ਦੇ ਮੌਸਮ 'ਚ ਵੁਜ਼ੂ ਠੀਕ ਕਰਦਾ ਏ ਛੇਤੀ ਨਹੀਂ ਕਰਦਾ, ਅੱਲਾ ਇਸ ਬੰਦੇ ਦੇ ਗੁਨਾਹ ਮਿਟਾ ਦਿੰਦੇ ਨੇ, ਗੁਨਾਹਾਂ ਦਾ ਕਫਾਰਾ ਬਣ ਜਾਂਦਾ ਏ। ਔਰ ਸਰਕਾਰੇ ਮਦੀਨਾ ਦੇ ਨੇ ਦੂਸਰੇ ਨੰਬਰ 'ਤੇ ਇੰਤਜ਼ਾਰ ਸਲਾਤ ਬਾਦ ਸਲਾਤ, ਇੱਕ ਨਮਾਜ਼ ਪੜ੍ਹ ਲੈਂਦਾ ਏ ਤੇ ਦੂਜੀ ਦੀ ਫਿਕਰ 'ਚ ਲੱਗ ਜਾਂਦਾ ਏ, ਟੈਨਸ਼ਨ ਪੈ ਜਾਂਦੀ ਏ ਕਦੋਂ ਅਜ਼ਾਨ ਹੋਵੇ ਤੇ ਕਦੋਂ ਮੈਂ ਮਸਜਿਦ ਜਾਵਾਂ। ਇਹਨਾਂ ਨਮਾਜ਼ ਦੇ ਨਾਲ ਮੁਹੱਬਤ ਕਰਨ ਵਾਲਾ ਤੇ ਸਰਕਾਰੇ ਮਦੀਨਾ ਦੇ ਨੇ ਜਿਹੜਾ ਇੱਕ ਨਮਾਜ਼ ਤੋਂ ਬਾਅਦ ਦੂਜੀ ਦੀ ਫਿਕਰ ਰੱਖਦਾ ਏ, ਅੱਲਾ ਦੇ ਗੁਨਾਹ ਮਿਟਾ ਦਿੰਦੇ ਨੇ ਤੇ ਦਰਜੇ ਬੁਲੰਦ ਫਰਮਾ ਦਿੰਦੇ ਨੇ। ਔਰ ਸਰਕਾਰੇ ਮਦੀਨਾ ਦੇ ਦਾ ਅਮਲ ਗੁਨਾਹਾਂ ਤੋਂ ਕਫਾਰਾ ਬਣ ਜਾਂਦਾ ਵੇ। ਔਰ ਤੀਸਰੀ ਚੀਜ਼ ਸਰਕਾਰੇ ਮਦੀਨਾ ਦੇ ਨਕਲੁਲ ਅਕਦਾਮ ਇਲਲ ਜੁਮਾਤ, ਯਾ ਦੂਸਰੀ ਹਦੀਸ ਦੇ ਅੰਦਰ ਸਹੀ ਮੁਸਲਮ ਦੇ ਅੰਦਰ ਕਸਰਤੁਲ ਖਤਾ ਇਲਲ ਮਸਾਜਿਦ, ਨਬੀ ਪਾਕ ਨੇ ਜਿਹੜਾ ਬੰਦਾ ਜ਼ਿਆਦਾ ਸਫ਼ਰ ਕਰਕੇ ਮਸਜਿਦ ਨੂੰ ਜਾਵੇ, ਜਿੰਨਾ ਜ਼ਿਆਦਾ ਪੈਦਲ ਚੱਲ ਕੇ ਜਾਂਦਾ ਏ, ਅੱਲਾ ਉਹਦੇ ਗੁਨਾਹ ਮਿਟਾ ਕੇ ਦਰਜੇ ਬੁਲੰਦ ਫਰਮਾ ਦਿੰਦੇ। ਇਹਨੀ ਸਰਕਾਰ ਨੇ ਆਖਿਆ ਜਿਹੜਾ ਮਸੀਤੇ ਘਣਾ ਪੰਧ ਕਰਕੇ ਆਉਂਦਾ ਉਹਦੇ ਗੁਨਾਹ ਮਿਟਦੇ ਨੇ ਇੱਕ ਇੱਕ ਕਦਮ 'ਤੇ। ਉਹ ਸਿਆਬੀ ਸਹੀ ਮੁਸਲਿਮ ਦੀ ਹਦੀਸ ਹੈ ਨਾ, ਉਹ ਸਿਆਬੀ ਉਬਈ ਬਿਨ ਕਾਬ ਆਉਂਦੇ ਨੇ ਵੀ ਇੱਕ ਸਿਆਬੀ ਬੜੀ ਦੂਰੋਂ ਆਉਂਦਾ ਸੀ ਨਮਾਜ਼ ਪੜ੍ਹਨ ਮਸੀਤੇ, ਆਉਂਦੇ ਸਾਨੂੰ ਉਹਦੀ ਹਾਲਤ 'ਤੇ ਤਰਸ ਆਉਂਦਾ ਸੀ। ਕਿੱਥੇ ਲਿਖਿਆ ਹੈ? ਸਹੀ ਮੁਸਲਿਮ ਸ਼ਰੀਫ 'ਚ। ਯਾਨੀ ਉਹ ਆਉਂਦੇ ਨੇ ਸਾਨੂੰ ਉਹਦੀ ਹਾਲਤ 'ਤੇ ਤਰਸ ਆਉਂਦਾ ਸੀ, ਕਿੱਥੋਂ ਆਉਂਦਾ ਸੀ? ਯਾਨੀ ਵਾਹ ਵਾਹ ਦੂਰੋਂ ਆਉਂਦਾ ਸੀ ਨਮਾਜ਼ ਪੜ੍ਹਨ, ਤੇ ਕਦੀ ਸਰਕਾਰ ਦੇ ਪਿੱਛੋਂ ਦੀ ਨਮਾਜ਼ ਕਜ਼ਾ ਨਹੀਂ ਹੋਈ, ਬਾਅਦ ਜਮਾਤ ਆ ਕੇ ਪੜ੍ਹਦਾ ਸੀ, ਇਸ ਤਾਂ ਮਸੀਤ ਦੇ ਗੁਆਂਢੀ ਨਹੀਂ ਪੜ੍ਹਦੇ, ਉਹ ਇੰਨਾ ਪੰਧ ਕਰਕੇ ਆਉਂਦਾ ਸੀ। ਉਬਈ ਬਿਨ ਕਾਬ ਆਉਂਦੇ ਸਾਨੂੰ ਉਹਦੇ 'ਤੇ ਤਰਸ ਆਉਂਦਾ ਸੀ ਵੀ ਯਾਰ ਇੰਨਾ ਪੰਧ ਕਰਕੇ ਆਉਂਦਾ। ਸਹੀ ਮੁਸਲਿਮ 'ਚ ਲਿਖਿਆ ਆਉਂਦੇ, ਅਸੀਂ ਉਹਨੂੰ ਆਖਿਆ ਅੱਲਾ ਦੇ ਬੰਦਿਆਂ ਤੂੰ ਇੰਨਾ ਪੰਧ ਕਰਕੇ ਆਉਣਾ, ਸੱਪ ਠੂਵੇਂ ਹੁੰਦੇ ਨੇ ਈਸ਼ਾ ਵੇਲੇ ਵੀ ਤੂੰ ਤੁਰ ਪੈਂਦਾ, ਅਤੇ ਤੂੰ ਕੋਈ ਗਧਾ ਹੀ ਮੁੱਲ ਲੈ ਲਾ। ਉਸ ਦੌਰ 'ਚ ਚੰਗੀ ਸਵਾਰੀ ਤਾਂ ਗਧੇ ਦੀ ਸੀ, ਉੱਠਦੀ ਸੀ। ਉਹਨੇ ਵੀ ਤੂੰ ਕੋਈ ਗਧਾ ਗੁਧਾ ਖਰੀਦ ਲਾ, ਖੋਤਾ ਖੂਤਾ ਲੈ ਲਾ, ਉਹਦੇ 'ਤੇ ਬਹਿ ਤੇ ਆ ਜਾ ਕਰ। ਉਹਨੇ ਭਾਈ ਮੈਂ ਇਹ ਨਹੀਂ ਕਰਨਾ ਕੰਮ, ਅਤੇ ਉਹਨੇ ਆਹ ਫਿਰ ਤੂੰ ਰਹਿ ਸੀ ਇੱਥੇ ਕਿਤੇ ਨੇੜੇ ਲੈ ਲਾ। ਉਹਨੇ ਆਖਿਆ ਇਹ ਵੀ ਕੰਮ ਨਹੀਂ ਕਰਨਾ। ਉਹ ਆਖਣ ਲੱਗਾ ਮੈਂ ਰਹਿਸ਼ ਸਰਕਾਰ ਦੇ ਨੇੜੇ ਨਹੀਂ ਲੈਣੀ। ਉਹ ਸਿਆਬੀਆਂ ਦਾ ਮੈਨੂੰ ਬੜਾ ਗੁੱਸਾ ਲੱਗਾ ਵੀ ਇਹ ਕਿਉਂ ਇਹਦੀ ਗੱਲ ਕਰਦਾ। ਆਹਦਾ ਮੈਂ ਨਬੀ ਪਾਕ ਨੂੰ ਆਖਿਆ ਜੀ ਆਹ ਜਿਹੜਾ ਨਮਾਜ਼ੀ ਬੜੀ ਦੂਰੋਂ ਆਉਂਦਾ ਜੇ ਨਾ, ਇਹਨੇ ਆਹ ਗੱਲ ਕੀਤੀ, ਕਹਿੰਦਾ ਮੈਂ ਇੱਥੇ ਰਹਿਸ਼ ਨਹੀਂ ਰੱਖਣਾ ਚਾਹੁੰਦਾ, ਮੈਂ ਉੱਥੇ ਹੀ ਚੰਗਾ ਜਿੱਥੋਂ ਮੈਂ ਪੈਦਲ ਆਉਣਾ। ਤੁਸੀਂ ਤਾਂ ਅੰਦਾਜ਼ਾ ਲਾਓ ਕਿੰਨਾ ਪੰਧ ਕਰਕੇ ਆਉਂਦਾ ਸੀ ਕਿ ਸਿਆਬਾਂ ਨੂੰ ਉਹਦੇ 'ਤੇ ਤਰਸ ਆਇਆ, ਪੈਦਲ ਚੱਲ ਕੇ ਆਉਂਦੇ। ਔਰ ਸਰਕਾਰੇ ਮਦੀਨਾ ਨੂੰ ਪਤਾ ਲੱਗਾ ਤੇ ਮੇਰੇ ਨਬੀ ਪਾਕ ਕਹਿੰਦੇ ਨੇ ਉਹ ਬਈ ਇਹਦੇ ਕਿਉਂ ਆਖਿਆ ਆਉਂਦਾ? ਸੋਹਣਿਆ ਜਿੰਨੇ ਕਦਮ ਚੁੱਕਣਾ ਨੇਕੀਆਂ ਵੀ ਤਾਂ ਉਨੀਆਂ ਮਿਲਦੀਆਂ ਨੇ, ਦਰਜੇ ਵੀ ਤਾਂ ਉਨੇ ਬੁਲੰਦ ਹੁੰਦੇ ਨੇ। ਤੇ ਸਰਕਾਰੇ ਮਦੀਨਾ ਆਂਦੇ ਜਾ ਤੇਰਾ ਸਫ਼ਰ ਤੈਨੂੰ ਮੁਬਾਰਕ ਹੈ, ਜੇ ਜੀ ਤੇਰੀ ਨੀਅਤ ਹੈ ਇਹਦਾ ਤੈਨੂੰ ਅੱਲਾ ਅਜਰ ਅਤਾ ਫਰਮਾ ਦੇ। ਇਹ ਕਿੰਨੇ ਆਖਿਆ ਸਰਕਾਰ ਨੇ? ਹਦੀਸ ਕਿੱਥੇ ਵੇ? ਸਹੀ ਮੁਸਲਿਮ। ਅਗਲਾ ਤਵਜੋ ਕਰਨਾ, ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦੁਰ ਰਸੂਲੁਲਲਾਹ ਸੱਲੱਲਾ ਸੱਲਮ ਨੇ ਫਰਮਾਇਆ ਏ, ਸਰਕਾਰੇ ਮਦੀਨਾ ਨੇ ਫਰਮਾਇਆ ਵੇ ਮੈਂ ਗੁਨਾਹਗਾਰ ਅਰਜ਼ ਕਰ ਰਿਹਾ। ਸਰਕਾਰਾਂ ਦੇ ਨੇ ਤਿੰਨ ਕੰਮ ਇੰਜਦੇ ਨੇ ਜਿਹੜੇ ਗੁਨਾਹਾਂ ਦਾ ਕੁਫਾਰਾ ਬਣ ਜਾਂਦੇ ਨੇ, ਬਲਕਿ ਅਬੂ ਦਾਊਦ ਦੇ ਅੰਦਰ, ਤਿਰਮਜ਼ੀ ਦੇ ਅੰਦਰ, ਨਿਸਾਈ ਦੇ ਅੰਦਰ, ਇਬਨੇ ਮਾਜਾ ਦੇ ਅੰਦਰ, ਮੁਸੰਦੇ ਅਹਿਮਦ ਦੇ ਅੰਦਰ, ਦਾਰਮੀ ਸ਼ਰੀਫ ਦੇ ਅੰਦਰ ਸਰਕਾਰੇ ਮਦੀਨਾ ਦਾ ਪਰਵਾਨਾ ਔਸਾਂਦੇ ਨੇ ਮੈਂ ਨਬੀ ਪਾਕ ਕੋਲੋਂ ਸੁਣਿਆ ਵੇ ਮਨ ਹਸਲਾ ਯੌਮਲ ਜੁਮਾ ਬਗਤਸਲਾ। ਨਬੀ ਪਾਕ ਫਰਮਾਉਂਦੇ ਨੇ ਜਿਸ ਬੰਦੇ ਨੇ ਜੁਮੇ ਰਾਤ ਆਪਣੀ ਔਰਤ ਦੇ ਨਾਲ, ਬੇਗਮ ਦੇ ਨਾਲ ਗੁਜ਼ਾਰੀ ਏ, ਗੁਸਲ ਕੀਤਾ ਏ, ਦੋਵਾਂ ਜੀਆਂ ਨੇ, ਨਬੀ ਪਾਕ ਕਹਿੰਦੇ ਨੇ ਬਕਰਾ ਵਬਤਕਰਾ, ਤੇ ਸਰਕਾਰੇ ਮਦੀਨਾ ਨੇ ਅਵਲ ਵਕਤ ਜੁਮੇ ਵਾਲੇ ਦਿਨ ਮਸੀਤੇ ਪੈਦਲ ਗਿਆ ਏ, ਸਾਵਲਮ ਯਰਕਬ, ਨਬੀ ਪਾਕ ਨੇ ਸਵਾਰੀ ਤੋਂ ਕੰਮ ਨਹੀਂ ਲਿਆ, ਪੈਦਲ ਹੀ ਮਸੀਤੇ ਗਿਆ ਏ, ਪਹਿਲੇ ਵਕਤ ਚ ਗਿਆ ਏ। ਤੇ ਸਰਕਾਰੇ ਮਦੀਨਾ ਨੇ ਇਮਾਮ ਦੇ ਨੇੜੇ ਹੋ ਕੇ ਬੈਠਾ ਵੇ, ਵਲਮ ਯਲਗਾ, ਨਬੀ ਪਾਕ ਨੇ ਕੋ ਗਲਬ ਗੁਲਬ ਗੱਲ ਵੀ ਨਹੀਂ ਕੀਤੀ। ਤੇ ਸਰਕਾਰੇ ਮਦੀਨਾ ਨੇ ਇਹਦੇ ਇੱਕ ਇੱਕ ਕਦਮ ਤੇ
ਇੱਕ ਇੱਕ ਕਦਮ ਤੇ ਸਰਕਾਰੇ ਮਦੀਨਾ ਦੀ ਸਹੀ ਹਦੀਸ ਅਰਜ਼ ਕਰ ਰਿਹਾ ਅਬੂ ਦਾਊਦ ਤਿਰਮਿਜ਼ੀ ਨਿਸਾਈ ਇਬਨੇ ਮਾਜਾ ਮੁਸਨਦ ਅਹਿਮਦ ਸਰਕਾਰੇ ਮਦੀਨਾ ਨੇ ਇੱਕ ਇੱਕ ਕਦਮ ਤੇ ਇਸ ਬੰਦੇ ਨੂੰ ਇੱਕ ਸਾਲ ਦੇ ਰੋਜ਼ੇ ਤੇ ਇੱਕ ਸਾਲ ਦੇ ਕਿਆਮ ਦਾ ਸਵਾਬ ਮਿਲ ਜਾਂਦਾ ਸੁਣਾਓ ਵੀ ਮਸੀਤ ਆਉਣ ਦਾ ਕਿੰਨਾ ਸਵਾਬ ਹੋਇਆ ਪੈਦਲ ਸਰਕਾਰਾਂ ਨੇ ਸਵਾਰੀ ਤੇ ਨਹੀਂ ਬੈਠਾ ਤੇ ਪੈਦਲ ਆਇਆ ਮਸੀਤੇ ਤੇ ਸਰਕਾਰਾਂ ਨੇ ਇੱਕ ਕਦਮ ਦੇ ਬਦਲੇ ਇੱਕ ਸਾਲ ਦੇ ਰੋਜ਼ੇ ਇੱਕ ਸਾਲ ਦੀ ਰਾਤ ਦਾ ਕਿਆਮ ਇੱਕ ਕਦਮ ਦੇ ਬਦਲੇ ਤੇ ਫਿਰ ਭਾਅ ਜੀ ਜਿਹਨੇ ਕੋਈ 100 ਕਦਮ ਚੁੱਕਿਆ ਦੱਸੋ ਉਹਦੇ ਕਿੰਨੇ ਕਿਆਮ ਹੋ ਗਏ 100 ਰਾਤਾਂ ਦਾ ਕਿਆਮ 100 ਰਾਤਾਂ ਦੇ ਰੋਜ਼ਿਆਂ ਦਾ ਸਵਾਬ ਮਿਲਦਾ ਕਿੰਨੇ ਆਖਿਆ ਸਰਕਾਰ ਨੇ ਆਖਿਆ ਕਿਤੇ ਮੌਲਵੀ ਨਹੀਂ ਆਖਿਆ ਨਾ ਮੈਂ ਆਖਿਆ ਅਦਰਾ ਤਵਜੋ ਕਰੋ ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦੁਰ ਰਸੂਲੁਲਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਜ਼ਰਾ ਤਵੱਜੋ ਕਰਨਾ ਇੱਕੋ ਹੀ ਹਦੀਸ ਬਿਆਨ ਕਰ ਰਿਹਾ ਵਾ ਸਰਕਾਰੇ ਮਦੀਨਾ ਦੇ ਨੇ ਤਿੰਨ ਕੰਮ ਜੇ ਨੇ ਗੁਨਾਹਾਂ ਦਾ ਕੁਫਾਰਾ ਬਣਦੇ ਨੇ ਚੰਗਾ ਵੁਜ਼ੂ ਕਰਨਾ ਨਮਾਜ਼ ਦਾ ਇੰਤਜ਼ਾਰ ਕਰਨਾ ਜ਼ਿਆਦਾ ਸਫ਼ਰ ਕਰਕੇ ਮਸਜਿਦ ਦੀ ਤਰਫ ਆਉਣ ਨਾਲ ਗੁਨਾਹ ਮਾਫ ਹੁੰਦੇ ਨੇ ਔਰ ਸਰਕਾਰੇ ਮਦੀਨਾ ਨੇ ਫਰਮਾਇਆ ਜ਼ਰਾ ਤਵੱਜੋ ਕਰਨਾ ਸਲਾਸ ਵਾ ਅਮ ਨਬੀ ਪਾਕ ਨੇ ਵਾ ਅਮ ਦਰਜਾਤ ਨਬੀ ਪਾਕ ਨੇ ਤਿੰਨ ਚੀਜ਼ਾਂ ਬੰਦੇ ਦੇ ਦਰਜੇ ਬੁਲੰਦ ਕਰ ਦਿੰਦੀਆਂ ਨੇ ਅੱਲਾ ਦੇ ਨਬੀ ਜੀ ਕਿਹੜੀਆਂ ਚੀਜ਼ਾਂ ਨੇ ਫਰਮਾਇਆ ਫਇਤਾਮ ਉਤਾਮ ਵਅਫਸੁ ਇਫਸ਼ਾ ਉਸਲਾਮ ਨਬੀ ਪਾਕ ਨੇ ਇੱਕ ਤੇ ਕਿਸੇ ਗਰੀਬ ਭੁੱਖੇ ਨੂੰ ਖਾਣਾ ਖਵਾ ਦੇਣਾ ਦੂਜਾ ਸਲਾਮ ਨੂੰ ਆਮ ਕਰ ਦੇਣਾ ਵਸਲਾਤੁ ਬਿਲਲੈਲੀ ਵੰਨਾ ਸੁਨਿਆਮ ਪਿਛਲੀ ਰਾਤੀ ਉੱਠ ਕੇ ਤਹੱਜਦ ਪੜਨਾ ਮਾਲਿਕ ਨਾਲ ਗੱਲਾਂ ਕਰਨਾ ਸਰਕਾਰਾਂ ਨੇ ਤਿੰਨ ਕੰਮ ਇੰਜਦੇ ਨੇ ਅੱਲਾ ਬੰਦਿਆਂ ਦੇ ਦਰਜੇ ਹੀ ਬੁਲੰਦ ਕਰ ਦਿੰਦੇ ਨੇ ਕੋਈ ਗੱਲ ਸਮਝ ਵੀ ਲੱਗਦੀ ਜੇ ਘਣੇ ਆਪਣੇ ਪਾਕਿਸਤਾਨੀ ਮੈਂ ਨਾ ਵੀ ਇਹ ਮੌਲਵੀਆਂ ਨੂੰ ਸੁਣਦੇ ਨੇ ਜਿਵੇਂ ਪਠਾਨ ਸੁਣਦੇ ਨੇ ਆ ਮੌਲਵੀ ਜਦੋਂ ਲਗਾ ਹੁੰਦਾ ਇਹਨਾਂ ਨੂੰ ਪੁੱਛੋ ਨਾ ਬਾਅਦ 'ਚ ਮੌਲਵੀ ਨੇ ਕੀ ਆਖਿਆ ਘੱਟ ਲੋਕ ਸੋਚਦੇ ਨੇ ਉਹ ਪਠਾਣਾਂ ਨੂੰ ਮੌਲਵੀ ਤਕਰੀਰ ਕੀਤੀ ਤੁਹਾਨੂੰ ਪਤਾ ਪਠਾਨ ਤਾਂ ਵੈਸੇ ਜਜ਼ਬਾਤੀ ਜੀ ਕੌਮ ਹੈ ਉਂਝ ਮਾਸ਼ਾਅੱਲਾ ਮੈਨੂੰ ਯਾਦ ਇੱਕ ਵਾਰ ਅਸੀਂ ਗਏ ਮੀਆਂ ਵਾਲੀ ਤੋਂ ਅਗਾਂਹ ਬਾਗ ਉਹ ਜਿੱਥੇ ਬਣਦਾ ਸੀ ਕੀ ਆ ਡੈਮ ਉੱਥੇ ਅਸੀਂ ਤਕਰੀਰ ਕਰਨ ਗਏ ਉੱਥੇ ਮੈਂ ਉਹ ਸਾਥੀਆਂ ਨੇ ਆਖਿਆ ਵੀ ਪਠਾਣਾਂ ਨੂੰ ਖਿਤਾਬ ਕਰਨਾ ਅਤੇ ਮੈਂ ਸਾਡੀ ਉਹਨਾਂ ਨੂੰ ਪੰਜਾਬੀਆਂ ਦੀ ਸਮਝ ਵੀ ਆਉਂਦੀ ਉਹਨਾਂ 'ਚੋਂ ਪੰਜਾਬੀ ਸ਼ੌਕ ਨਾਲ ਸੁਣਦੇ ਉਹ ਆਖੇ ਜੀ ਬਣੀ ਅਫਗਾਨ ਪਹਾੜੀ ਪਹਾੜਾਂ ਦੇ ਵਿੱਚ ਗਿਆ ਸੀ ਪਹਾੜ ਹੀ ਪਹਾੜ ਉਹ ਜੋ ਪਹਾੜਾਂ ਦੇ ਵਿੱਚ ਹੀ ਉੱਥੇ ਜਲਸਾ ਹੋਵੇ ਇੰਝ ਮੈਨੂੰ ਕੁਰਸੀ ਦੌਰਾਂ ਪਾਇਆ ਨਾ ਅਤੇ ਮੈਂ ਪਹਿਲਾਂ ਮਜਮਾ ਵੇਖਿਆ ਚਾਰ ਲੈਣਾਂ 'ਚ ਲੰਮੀਆਂ 'ਚ ਮੰਜੇ ਹੀ ਡੱਠੇ ਅਸੀਂ ਨੂੰ ਇੱਕ ਲੈਣ ਮੰਜਿਆਂ ਦੀ ਇੱਕ ਅਸੀਂ ਨੂੰ ਮੰਜਿਆਂ ਦੀ ਇੱਕ ਅਸੀਂ ਨੂੰ ਅਤੇ ਵਿਚਲੇ ਸਨ ਵਕਫਾ ਹੁਣ ਸਾਰੇ ਪਠਾਣ ਮੰਜਿਆਂ ਦੇ ਬੈਠੇ ਲੋਈ ਸਪੀਕਰ ਲੱਗਾ ਕੋਠੇ ਦੇ ਤਕਰੀਰ ਸ਼ੁਰੂ ਅੱਛਾ ਵਿੱਚ ਉਹ ਏਡੇ ਏਡੇ ਕੇਤਲੀਆਂ ਲੈ ਕੇ ਫਿਰਨ ਕਾਹਵੇ ਦੀਆਂ ਹੁਣ ਪਠਾਣ ਮੰਜਿਆਂ 'ਤੇ ਬੈਠੇ ਕਾਹਵਾ ਪੀਣ 'ਤੇ ਸਾਨੂੰ ਤਕਰੀਰਾਂ ਨੂੰ ਲਾਇਆ ਵੀ ਕਿ ਲੱਗੇ ਰਹੋ ਤਾਂ ਮਤਲਬ ਇਹ ਕੌਮ ਬੜੇ ਅਜੀਬ ਮਿਜ਼ਾਜ ਦੀ ਤਾਂ ਮੌਲਵੀ ਨੇ ਜਦੋਂ ਤਕਰੀਰ ਕੀਤੀ ਨਾ ਤਾਂ ਉਹ ਮੌਲਵੀ ਤਾਂ ਉਹਨਾਂ ਨਾਰੇ ਹੀ ਬੜੇ ਲਾਏ ਨਾਰੇ ਇੰਨੇ ਲਾਏ ਵੀ ਮੌਲਵੀ ਦੀ ਆਵਾਜ਼ ਤਾਂ ਬੰਦ ਹੀ ਹੋ ਗਈ ਉਹ ਮੌਲਵੀਆਂ ਦਾ ਇਹਨਾਂ ਖਰੇ ਹੋਇਆ ਕੀ ਇਹ ਪੈਰੋਂ ਹੀ ਉੱਠ ਗਏ ਨੇ ਖੈਰ ਉਹ ਜਦੋਂ ਉਹਨਾਂ ਦੇ ਨਾਰੇ ਨੂਰੇ ਰੁਕੇ ਨਾ ਅਤੇ ਮੌਲਵੀ ਆਰਾਮ ਨਾਲ ਉਹਨਾਂ ਦਾ ਖਾਨ ਸਾਹਿਬ ਕੋਈ ਸਮਝ ਵਾਮਾ ਜਾਤਾ ਹੈ ਜਾਂ ਐਸੇ ਹੀ ਨਾਰੇ ਪੇ ਨਾਰਾ ਲਗਾਤਾ ਹੈ ਕਿ ਉੱਥੇ ਮੌਲੀ ਸਾਹਿਬ ਸਮਝ ਅਹਿਮਦ ਕੋ ਚੋੜੋ ਤੁਮਕੋ ਜੋਸ਼ ਆਤਾ ਹੈ ਹਮਕੋ ਵੀ ਜੋਸ਼ ਆਤਾ ਹੈ ਇਹ ਸਾਡੇ ਜਦੋਂ ਮੌਲਵੀ ਲੱਗੇ ਹੋਏ ਨੇ ਤਕਰੀਰਾਂ ਨੂੰ ਇਹ ਸੁਭਾਨ ਅੱਲਾਹ ਆਖੀ ਜਾਂਦੇ ਨੇ ਲੱਗਾ ਰਹੋ ਸ਼ਾਬਾ ਤੇ ਸਮਝ ਆਵੇ ਤਾਂ ਭਵਾਂ ਨਾ ਆਵੇ ਭਾਅ ਜੀ ਕੋਈ ਸਮਝਿਆ ਵੀ ਕਰੋ ਮੈਂ ਤਾਂ ਮਿਸਾਲ ਦਿੱਤੀ ਹੈ ਕਿ ਜਦੋਂ ਸਮਝੋ ਨਾ ਤਾਂ ਸਮਝਿਆ ਕਰੋ ਇਹ ਨਿਰਾ ਨਾ ਇਸ ਗੱਲ 'ਤੇ ਜ਼ੋਰ ਰੱਖੋ ਖਰੇ ਮੌਲਵੀ ਆਉਂਦਾ ਕੀ ਉਹਨੇ ਆ ਸਮਝ ਮਮਝ ਕੋ ਚੋੜੋ ਤੁਮਕੋ ਜੋਸ਼ ਆਤਾ ਹੈ ਹਮਕੋ ਵੀ ਜੋਸ਼ ਆਤਾ ਸਮਝ ਕੇ ਹਾਂ ਖੇ ਕਰਨਾ ਆਹ ਕੀ ਸਮਝ ਕੇ ਲੈਣਾ ਜ਼ਰਾ ਹੋਰ ਫਰਮਾਓ ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦੁਰ ਰਸੂਲੁਲਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਤਿੰਨ ਕੰਮ ਇੰਜ ਦੇ ਨੇ ਜਿਹੜੇ ਦਰਜੇ ਬੁਲੰਦ ਕਰ ਦਿੰਦੇ ਨੇ ਸਰਕਾਰੇ ਮਦੀਨਾ ਦੇ ਨੇ ਨੰਬਰ ਇੱਕ
ਅੱਲਾ ਦੇ ਨਬੀਆਂ ਨੇ ਫਾਇਤਾਮ ਕਿਸੇ ਭੁੱਖੇ ਤਸੇ ਨੂੰ ਰੋਟੀ ਖਵਾਉਣ ਨਾਲ ਅੱਲਾ ਬੰਦੇ ਦੇ ਦਰਜੇ ਬੁਲੰਦ ਕਰ ਦਿੰਦਾ। ਆ ਵੇਖ ਸਹੀ ਬੁਖਾਰੀ ਦੀ ਹਦੀਸ ਹੈ, ਉਹ ਜਿਹੜੇ ਸਹਾਬਾ ਸਨ ਇਸ ਗੱਲ ਦੇ ਕਿੱਡੇ ਕਦਰਦਾਨ ਨੇ, ਮੇਰੇ ਨਬੀ ਪਾਕ ਦਾ ਮਹਿਮਾਨ ਆਇਆ ਏ ਤੇ ਨਬੀ ਪਾਕ ਨੂੰ ਆਂਦਾ ਏ ਸੋਹਣਿਆ ਜ਼ਰੂਰਤਮੰਦ ਵੀ ਆ ਤੇ ਭੁੱਖ ਵੀ ਬੜੀ ਲੱਗੀ ਏ। ਤੇ ਸਰਕਾਰੇ ਮਦੀਨਾ ਨੇ ਸਹੀ ਬੁਖਾਰੀ ਦੇ ਅੰਦਰ ਆਪਣੇ ਘਰ ਦੇ ਅੰਦਰ ਪੈਗਾਮ ਖਲਿਆ ਏ ਤੇ ਨਬੀ ਪਾਕ ਦੀਆਂ ਸਾਰੀਆਂ ਬੇਗਮਾਤ ਮੋਮਿਨਾਂ ਦੀਆਂ ਮਾਵਾਂ ਉਹਨਾਂ ਇੱਕੋ ਹੀ ਸੁਨੇਹਾ ਘੱਲਿਆ ਏ ਸੋਹਣਿਆ ਘਰ ਦੇ ਅੰਦਰ ਪਾਣੀ ਤੋਂ ਸਿਵਾ ਦੂਜੀ ਸ਼ੈ ਹੀ ਕੋਈ ਨਹੀਂ। ਸਰਕਾਰੇ ਦੋ ਆਲਮ ਦਾ ਘਰ ਏ ਤੇ ਘਰ ਪਾਣੀ ਤੋਂ ਸਿਵਾ, ਆਪਾਂ ਤਾਂ ਖਾ ਖਾ ਬਿਮਾਰ ਹੋਏ, ਮੈਂ ਭੁੱਖ ਤੋਂ ਥੋੜਾ ਹੋਇਆ, ਇੱਥੇ ਤਾਂ ਫਰਿੱਜਾਂ ਤੁਨੀਆਂ ਰਹਿੰਦੀਆਂ ਨੇ, ਉਹ ਕਿਤੇ ਉਂਝ ਬਾਹਰ ਸੱਟ ਸੁੱਟ ਦਿੰਦੇ ਗਰੀਬ ਨੂੰ ਨਹੀਂ ਦਿੰਦੇ। ਸਾਡੇ ਤਾਂ ਪਾਕਿਸਤਾਨ ਦੇ ਮੁਸਲਮਾਨ ਇਹ ਜਿਹੇ ਨੇ, ਇਹਨਾਂ ਕਿਤੇ ਗਰੀਬ ਨੂੰ ਕੋਈ ਦੇਣਾ, ਇਹ ਕਿਤੇ ਹਫ਼ਤੇ ਬਾਅਦ ਕੱਟਾ ਹੀ ਪਕਾ ਲੈਣ ਅਤੇ ਛੋਰ ਨੂੰ ਅੰਦਰ ਕੁੰਡਾ ਲਾ ਕੇ ਅਤੇ ਗੁਆਂਢੀ ਲੈਣ ਹੀ ਨਾ ਆ ਜਾਣ। ਇਹ ਤਾਂ ਰੋਟੀਆਂ ਕੁੰਡਾ ਲਾ ਕੇ ਖਾਣ ਵਾਲੀ ਕੌਮ ਹੈ। ਔਰ ਸਰਕਾਰ ਨੇ ਫਜ਼ੀਲਤ ਬਿਆਨ ਕੀਤੀ, ਤਾਂ ਗੌਰ ਕਰੋ, ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦ ਰਸੂਲੁਲਲਾਹ, ਜਦੋਂ ਸਰਕਾਰ ਦੇ ਘਰੋਂ ਇਹ ਮੈਸੇਜ ਆਇਆ ਹੈ, ਪੈਗਾਮ ਆਇਆ ਹੈ ਤੇ ਨਬੀ ਪਾਕ ਨੇ ਮੇਰੇ ਪਰਵਾਨਿਓ ਇਸ ਮਹਿਮਾਨ ਦੀ ਮਹਿਮਾਨ ਨਵਾਦੀ ਕੌਣ ਕਰੇਗਾ, ਇਸ ਭੁੱਖੇ ਨੂੰ ਖਾਣਾ ਕੌਣ ਖਵਾਏਗਾ। ਅੱਲਾ ਦੇ ਨਬੀ ਦਾ ਸਿਆਬੀ ਤਲਾ ਖੜਾ ਹੋ ਗਿਆ ਏ, ਆਂਦਾ ਸੁਣਿਆ ਇਹ ਮਹਿਮਾਨ ਤੁਹਾਡਾ ਏ, ਦੀ ਮਹਿਮਾਨ ਨਵਾਜ਼ੀ ਮੈਂ ਕਰਾਂਗਾ। ਔਰ ਇਸ ਬੰਦੇ ਨੇ ਇੰਜ ਦੀ ਮਹਿਮਾਨ ਨਵਾਜ਼ੀ ਕੀਤੀ ਏ ਕਿ ਕਮਾਲ ਕਰ ਦਿੱਤਾ ਏ, ਭੁੱਖੇ ਨੂੰ ਖਵਾਇਆ ਏ ਕਿ ਕਮਾਲ ਕਰ ਛੱਡਿਆ ਵੇ। ਔਰ ਤੂੰ ਵੀ ਕਦੀ ਕਿਸੇ ਗਰੀਬ ਤੇ ਨਜ਼ਰ ਕਰਿਆ ਕਰ, ਕਿਸੇ ਭੁੱਖੇ ਤੇ ਨਜ਼ਰ ਕਰਿਆ ਕਰ, ਕਿਸੇ ਪਿਆਸੇ ਤੇ ਨਜ਼ਰ ਕਰਿਆ ਕਰ। ਇਹ ਆਪਣੇ ਘਰ ਪਹੁੰਚਿਆ ਤੇਰੀ ਬੀਵੀਆਂ ਦੀ ਨਾ ਤੇਰੇ ਵਾਸਤੇ ਨਾ ਮੇਰੇ ਵਾਸਤੇ ਬੱਚਿਆਂ ਜੋਗਾ ਏ, ਇਸ ਤੋਂ ਇਲਾਵਾ ਤੇ ਖਾਣਾ ਹੀ ਕੋਈ ਨਹੀਂ। ਉਹਨੇ ਆਖਿਆ ਅੱਜ ਭੁੱਖੇ ਸਵਾ ਦੇ, ਅੱਜ ਸਰਕਾਰ ਦੇ ਮਹਿਮਾਨ ਨੂੰ ਰਜਾਣਾ ਏ, ਅੱਜ ਨਬੀ ਪਾਕ ਦੇ ਮਹਿਮਾਨ ਦੀ ਮਹਿਮਾਨ ਨਵਾਜ਼ੀ ਕਰਨੀ ਏ। ਔਰ ਉਸ ਔਰਤ ਨੇ ਜਨਾਬ ਖਾਣਾ ਦਿੱਤਾ, ਇਹਨੇ ਮਹਿਮਾਨ ਅੱਗੇ ਰੱਖਿਆ ਤੇ ਮਹਿਮਾਨ ਖਾਣਾ ਖਾ ਰਿਹਾ ਏ, ਇਹਨੇ ਖਾਲੀ ਮੂੰਹ ਹੀ ਹਿਲਾਇਆ, ਖਾਧਾ ਕੋਈ ਨਹੀਂ। ਮੈਂ ਮੁਖਤਸਰ ਅਰਜ਼ ਕਰਦਾ ਜਾਂਦਾ ਵਾਂ, ਜਦੋਂ ਸਵੇਰੇ ਸਰਕਾਰੇ ਮਦੀਨਾ ਦੀ ਖਿਦਮਤ ਅਕਦਸ ਗਿਆ ਏ, ਅੱਲਾ ਦੇ ਨਬੀ ਇਹਨੂੰ ਵੇਖ ਕੇ ਮੁਸਕਰਾ ਰਹੇ ਨੇ, ਸਰਕਾਰੇ ਮਦੀਨਾ ਮੁਹੰਮਦ ਰਸੂਲੁਲਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਮੈਨੂੰ ਨਹੀਂ ਪਤਾ ਰਾਤੀ ਉਸ ਭੁੱਖੇ ਨੂੰ ਤੂੰ ਕੀ ਖਵਾਇਆ ਏ ਤੇ ਮੈਨੂੰ ਨਹੀਂ ਪਤਾ, ਪਰ ਅਰਸ਼ ਤੇ ਤੇਰੇ ਰੱਬ ਨੂੰ ਤੇਰੀ ਮਹਿਮਾਨ ਨਵਾਜ਼ੀ ਇੰਨੀ ਪਸੰਦ ਆਈ ਏ, ਉਹਦਾ ਮਹਿਬੂਬ ਜ਼ਮੀਨ ਤੇ ਮੁਸਕਰਾ ਰਿਹਾ ਏ ਤੇ ਅਰਸ਼ ਦਾ ਮਾਲਿਕ ਤੇਰੀ ਮਹਿਮਾਨ ਨਵਾਜ਼ੀ ਤੇ ਅਰਸ਼ ਤੇ ਮੁਸਕਰਾ ਰਿਹਾ। ਆ ਭੁੱਖਿਆਂ ਨੂੰ ਖਵਾਈਏ ਰੱਬ ਰਾਜ਼ੀ ਹੋ ਜਾਂਦਾ, ਜੇ ਆਪਦੇ ਢਿੱਡ ਤੇ ਹੱਥ ਫੇਰੀ ਰੱਖਦੇ ਜੇ 24 ਘੰਟੇ। ਸਰਕਾਰਾਂ ਦਾ ਜਿਹੜਾ ਭੁੱਖੇ ਨੂੰ ਖਵਾਓ ਰੱਬ, ਸਿਆਬੀ ਨੇ ਮਹਿਮਾਨ ਨਵਾਜ਼ੀ ਕੀਤੀ, ਕਮਾਲ ਕੀਤੀ ਤੇ ਸਰਕਾਰਾਂ ਦੇ ਨੇ ਮੈਨੂੰ ਨਹੀਂ ਪਤਾ, ਉਹ ਤੂੰ ਰਾਤੀ ਕੀ ਖਵਾਇਆ ਕੀ ਨਹੀਂ ਖਵਾਇਆ, ਉਸ ਗਰੀਬ ਨੂੰ ਕੀ ਦਿੱਤਾ ਕੀ ਨਹੀਂ ਦਿੱਤਾ, ਉਸ ਭੁੱਖੇ ਦੀ ਪਿਆਸ ਕਿਵੇਂ ਬੁਝਾਈ ਹੈ, ਭੁੱਖ ਕਿਵੇਂ ਬੁਝਾਈ ਹੈ। ਆਸਮਾਨ ਤੇ ਅੱਲਾ ਬੈਠੇ ਮੁਸਕਰਾ ਰਹੇ ਨੇ, ਯਾਰ ਉਹ ਕਿਹੋ ਜਿਹੇ ਲੋਕ ਹੋਣ ਦੇ ਥੱਲੇ ਕੰਮ ਕਰਦੇ ਨੇ ਉੱਤੇ ਰੱਬ ਖੁਸ਼ ਹੁੰਦਾ, ਕਿਹੋ ਜਿਹੇ ਲੋਕ। ਆਪਾਂ ਵੀ ਕੋਈ ਇਹਦਾ ਕੰਮ ਕਰੀਏ ਨਾ। ਇਮਾਮੇ ਕਾਇਨਾਤ ਮੁਹੰਮਦ ਰਸੂਲੁਲਲਾਹ, ਮੈਂ ਗੁਨਾਹਗਾਰ ਨਬੀ ਬਾਗ ਦੀ ਕੋਈ ਹਦੀਸ ਦਰਜ ਕਰ ਰਿਹਾ ਵਾਂ। ਸਰਕਾਰੇ ਮਦੀਨਾ ਨੇ ਮੇਰੇ ਉਮਤੀਓ, ਉਹ ਮੇਰੇ ਗੁਲਾਮੋ, ਤਿੰਨ ਚੀਜ਼ਾਂ ਇੰਜ ਦੀਆਂ ਨੇ ਬੰਦੇ ਦੇ ਦਰਜੇ ਬੁਲੰਦ ਕਰ ਦਿੰਦੀਆਂ ਨੇ। ਅੱਲਾ ਦੇ ਨਬੀ ਜੀ ਕਿਹੜੀਆਂ? ਸਰਕਾਰਾਂ ਨੇ ਪਹਿਲੇ ਨੰਬਰ 'ਤੇ ਫਾਇਤਾਮ ਉਤਾਮ
ਨਬੀ ਪਾਕ ਆਂਦੇ ਨੇ ਭੁੱਖਿਆਂ ਨੂੰ ਖਾਣਾ ਖਵਾਵੀ ਅੱਲਾ ਤੇਰੇ ਦਰਜੇ ਬੁਲੰਦ ਕਰ ਦੇਵੇਗਾ। ਔਰ ਸਰਕਾਰੇ ਮਦੀਨਾ ਦੇ ਸਾਉ ਸਲਾਮ ਸਰਕਾਰ ਆਂਦੇ ਨੇ ਆਪਣੇ ਜਨਾਬ ਸਲਾਮ ਆਮ ਕਰੀ ਮਸਜਿਦ ਜਾਵੇ ਤੇ ਆਖੀ ਸਲਾਮੁ ਅਲੈਕਮ, ਬਾਹਰ ਜਾਵੇ ਤੇ ਆਖੀ ਸਲਾਮੁ ਅਲੈਕਮ, ਗਲੀ ਚ ਕੋ ਮਿਲੇ ਤੇ ਆਖੀ ਸਲਾਮੁ ਅਲੈਕਮ, ਘਰ ਜਾਵੇ ਤੇ ਸਲਾਮੁ ਅਲੈਕਮ। ਔਰ ਸਰਕਾਰੇ ਮਦੀਨਾ ਆਂਦੇ ਨੇ ਤੂੰ ਸਲਾਮ ਆਮ ਕਰੀ ਤੇ ਤੂੰ ਥੱਲੇ ਸਲਾਮ ਦੀਆਂ ਸਦਾਵਾਂ ਦਿੰਦਾ ਰਵੀ, ਅਰਸ਼ ਵਾਲਾ ਤੇਰੇ ਉੱਤੇ ਦਰਜੇ ਬੁਲੰਦ ਕਰਦਾ ਰਹੇਗਾ। ਤੇ ਆਪਣੇ ਦੇ ਰਿਵਾਜ ਹੀ ਕੋਈ ਸਲਾਮ ਵਾਲਾ ਲੰਘਦੇ ਨੇ ਵੰਡ ਖਾਣੀ ਮੱਝ ਤਰ੍ਹਾਂ ਵੇਖਦੇ ਨੇ ਇੱਕ ਦੂਜੇ ਨੂੰ ਸਲਾਮ ਹੋਵੇ ਆਖਣ, ਸਲਾਮ ਕਿੱਥੋਂ ਆਉਂਦੇ ਨੇ ਲੋਕ? ਵੀ ਯਕੀਨ ਜਾਣੋ ਜੇ ਤਾਂ ਬੰਦਾ ਪਿੰਡ 'ਚ ਮਾਹੌਲ ਹੋਵੇ ਲੰਘ ਜਾਂਦਾ, ਇੱਧਰੋਂ ਆਵਾਜ਼ ਆਉਂਦੀ ਅਸਲਾਮ ਅਲੈਕੁਮ, ਅਸਲਾਮ ਅਲੈਕੁਮ ਰਹਿਮਤੁੱਲਾ, ਅਸਲਾਮ ਅਲੈਕੁਮ ਰਹਿਮਤੁੱਲਾ। ਇੱਥੋਂ ਜਿਹੜੇ ਮਸੀਤੇ ਆਉਂਦੇ ਨੇ ਉਹ ਵੀ ਗੁੰਗੇ ਸ਼ਿਪਾਹੀ ਨੇ, ਕਦੀ ਨਹੀਂ ਅਸੀਂ ਤਾਂ ਸੁਣਿਆ ਅਸਲਾਮ ਅਲੈਕੁਮ ਰਹਿਮਤੁੱਲਾ, ਅਸਲਾਮ ਅਲੈਕੁਮ ਰਹਿਮਤੁੱਲਾ। ਇਹ ਸਲਾਮ ਆਮ ਕਿਉਂ ਨਹੀਂ ਕਰਦੇ ਬਾਈ? ਸਰਕਾਰ ਨੇ ਆਖਿਆ ਸਲਾਮ ਨੂੰ ਆਮ ਕਰੋ ਤੇ ਘਰ ਜਾ ਦਿਆਂ ਦੇ। ਅੱਲਾ ਮੋਲਵੀ ਬੁੜੀ ਨੂੰ ਵੀ ਸਲਾਮ ਆਖੀ ਦਾ ਤੇ ਮੈਂ ਬੁੜੀ ਨਾਲ ਤੇਰਾ ਕੇਸ ਚੱਲਦਾ, ਜਾਂ ਉਹਨੂੰ ਸਲਾਮ ਮਾਫਕ ਨਹੀਂ ਦਾ, ਅਜੇ ਉਹਨੂੰ ਸਲਾਮ ਮਾਫਕ ਨਹੀਂ। ਸਾਡੀ ਗਲੀ 'ਚ ਇੱਕ ਮੌਲਵੀ ਨਹੀਂ ਇਹਦੇ ਤੋਂ ਕਈ ਵਾਰੀ ਲੰਘੇ ਚੁੱਪ ਕਰ ਕਰ, ਮੈਂ ਉਹਨੂੰ ਸਲਾਮ ਆਖਾਂ ਕੋਈ ਬੋਲੇ ਹੀ ਨਾ ਕਰੇ। ਇੱਕ ਦਿਨ ਮੈਂ ਆਖਿਆ ਹਜ਼ਰਤ ਜੀ ਤੁਹਾਨੂੰ ਸਲਾਮ ਮਾਫਕ ਨਹੀਂ? ਕਹਿੰਦਾ ਨਹੀਂ ਜੀ ਇਹ ਜੀ ਤਾਂ ਗੱਲ ਕੋਈ ਨਹੀਂ। ਮੈਂ ਤੈਨੂੰ ਕਿੰਨੀ ਵਾਰੀ ਸਲਾਮ ਆਣਾ ਤੂੰ ਕੋਈ ਬੋਲਦਾ ਹੀ ਨਹੀਂ, ਵੀ ਸਲਾਮ ਤੋਂ ਅੱਛੀ ਵੀ ਕੋਈ ਦਵਾ ਹੈ? ਮੈਂ ਉਮਰੇ 'ਤੇ ਗਿਆ, ਮੈਨੂੰ ਯਾਦ, ਅਤੇ ਮੈਂ ਇੱਕ ਚੀਜ਼ ਖਰੀਦੀ ਇੱਕ ਦੁਕਾਨ ਤੋਂ, ਉਹ ਜਿਹੜਾ ਅਰਬੀ ਸੀ ਨਾ ਅਰਬੀ, ਉਹ ਅਰਬੀ ਨੂੰ ਮੈਂ ਜਦੋਂ ਗਿਆ ਨਾ ਉਹਦੀ ਦੁਕਾਨ 'ਤੇ, ਮੈਂ ਆਖਿਆ ਅਸਲਾਮ ਵਾਲੇਕੁਮ ਰਹਿਮਤੁੱਲਾ ਵਬਰਕਾਤ, ਉਹ ਲੋਕ ਜਾਣਦੇ ਨੇ ਕਿ ਦੁਆ ਕਿਤਨੀ ਕੀਮਤੀ ਦੁਆ ਹੈ, ਅਸਲਾਮ ਵਾਲੇਕੁਮ ਵਰਹਮਤੁੱਲਾ ਵਬਰਕਾਤ। ਅੱਛਾ ਮੈਨੂੰ ਆਖਦਾ ਮੈਂ ਇਹ ਚੀਜ਼ 'ਚੋਂ ਤੈਨੂੰ ਲੈਸ ਕਰ ਦੇਣਾ, ਉਹ ਦੁਆ ਦੁਬਾਰਾ ਮੈਨੂੰ ਦੇ। ਉਹ ਅਰਬੀ ਜਿਹਨਾਂ ਨੂੰ ਕਦਰ ਸੀ, ਸਾਨੂੰ ਕਿਹੜੀ ਕਦਰ ਕੁਦਰ, ਨਾ ਸਾਨੂੰ ਪਤਾ ਲੱਗਦਾ ਨਾ ਕੁਛ, ਸਮਝਾ ਹੀ ਨਹੀਂ ਆ ਗੁਣੇ। ਉਹਨੇ ਜਨਾਬ ਨਾ ਮੈਨੂੰ, ਮੇਰਾ ਖਿਆਲ ਹੈ ਉਹਦੇ 'ਚੋਂ ਥੋੜ੍ਹੇ ਨਹੀਂ ਬੜੀ ਰਿਆਇਤ ਕੀਤੀ, ਉਹ ਇਹਨਾਂ ਦੀ ਤਾਂ ਬਾਜ਼ਾਰ 'ਚ ਮਿਲਦੀ ਨਹੀਂ ਸੀ, ਸਿਰਫ ਬਰਕਤ ਕਾਹਦੀ ਸੀ? ਸਲਾਮ ਦੀ। ਲੋ ਜਿਹਨੇ ਆਜ ਦੁਬਾਰਾ ਆਖੋ, ਮੈਂ ਦੁਬਾਰਾ ਉਹਨੂੰ ਆਖਿਆ ਬਾਈ ਅਸਲਾਮ ਅਲੈਕੁਮ ਰਹਿਮਤੁੱਲਾ ਵਬਰਕਾਤ, ਉਹਨੇ ਇੰਝ ਮੈਨੂੰ ਫੜਾਇਆ ਅਤੇ ਪੈਸੇ ਵੀ ਫੁੱਲ ਰਿਆਇਤ ਕਰ ਦਿੱਤੇ। ਜਿਹਨਾਂ ਨੂੰ ਸਲਾਮ ਦੀ ਕਦਰ ਹੈ, ਅਤੇ ਸਾਡੇ ਤਾਂ ਚਾਰ ਕੁ ਵਾਰੀ ਆਖਣ, ਅਤੇ ਇਹ ਜੇ ਬੇਦੀਨ ਨੇ ਆਖਦੇ ਇੱਥੇ ਸਲਾਮਾਂ ਵਾਲਾ ਟੋਇਆ ਝੱਟ ਪਿੱਛੋਂ ਲਗਾਉਣ, ਸਲਾਮ ਅਲੈਕੁਮ ਸਲਾਮ ਅਲੈਕੁਮ। ਹਾਲਾਂਕਿ ਸਰਕਾਰ ਆਉਂਦੇ ਨੇ ਕਿਸੇ ਦਰਖਤ ਕੋਲੋਂ ਗੁਜ਼ਰੇ ਹੋ ਨਾ ਤੁਸੀਂ, ਇੱਕ ਇੱਧਰਲੇ ਪਾਸੋਂ ਲੰਘਿਆ, ਇੱਕ ਇੱਧਰਲੇ ਪਾਸੋਂ, ਜਦੋਂ ਇਕੱਠੇ ਹੋਵੋ ਫਿਰ ਆਖੋ ਅਸਲਾਮ ਅਲੈਕੁਮ ਰਹਿਮਤੁੱਲਾ। ਸਰਕਾਰ ਨੇ ਤਾਂ ਇੰਨਾ ਸਲਾਮ ਨੂੰ ਆਮ ਕੀਤਾ, ਅਤੇ ਅੱਜ ਤੋਂ ਬਾਅਦ ਸਲਾਮ ਨੂੰ ਆਮ ਕਰੋ ਤਾਂ ਕਿ ਨਹੀਂ, ਤੁਹਾਡਾ ਹੀ ਫਾਇਦਾ ਭਾਈ ਜੀ, ਕਰਨਾ ਜੇ ਕਰੋ, ਨਹੀਂ ਤਾਂ ਨਾ ਕਰਿਆ ਜੇ, ਫਾਇਦਾ ਤਾਂ ਤੁਹਾਡਾ ਹੀ ਹੈ ਨਾ, ਮੇਰਾ ਤਾਂ ਕੋਈ ਨਹੀਂ ਨਾ। ਇਮਾਮੇ ਕਾਇਨਾਤ ਮੁਹੰਮਦ ਰਸੂਲੁੱਲਾ, ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦ ਰਸੂਲੁੱਲਾ ਸੱਲੱਲਾ ਸੱਲਮ ਦੇ ਸਿਹਾਬਾ ਦੇ ਹਾਂ, ਇਹ ਮਸਲਾ ਕਿੱਡਾ ਜ਼ਰੂਰੀ ਏ, ਤਰਾ ਤਵੱਜੋ ਕਰ ਲੈਣਾ। ਆ ਨਬੀ ਬਾਗ ਦਾ ਪਰਵਾਨਾ, ਸਰਕਾਰ ਦਾ ਦੀਵਾਨਾ, ਹਜ਼ਰਤ ਉਸਮਾਨ ਤਸ਼ਰੀਫ ਫਰਮਾ ਤੇ ਹਜ਼ਰਤ ਉਮਰ ਗੁਜ਼ਰੇ ਨੇ, ਤੇ ਉਹਨਾਂ ਨੇ ਆਖਿਆ ਸਲਾਮ ਅਲੈਕੁਮ, ਹਜ਼ਰਤ ਉਸਮਾਨ ਨੇ ਜਵਾਬ ਨਹੀਂ ਦਿੱਤਾ, ਔਰ ਹਜ਼ਰਤ ਉਮਰ ਅਬੂ ਬਕਰ ਦੇ ਕੋਲ ਚਲੇ ਗਏ। ਅਬੂ ਬਕਰ ਸਦੀ ਖਲੀਫਾ ਵਕਤ ਨੇ ਆਂਦੇ ਨੇ ਹਜ਼ਰਤ ਜੀ ਮੈਂ ਹਜ਼ਰਤ ਉਸਮਾਨ ਨੂੰ ਸਲਾਮ ਆਖਿਆ ਏ, ਉਹਨਾਂ ਮੇਰੇ ਸਲਾਮ ਦਾ ਜਵਾਬ ਨਹੀਂ ਦਿੱਤਾ। ਵੇਖ ਸਿਹਾਬਾ ਦਿਆਂ ਕਿਤਨਾ ਅਹਿਮ ਮਸਲਾ ਹੈ ਕਿ ਜਨਾਬ ਖਲੀਫਾ ਦੀ ਅਦਾਲਤ 'ਚ ਮਾਮਲਾ ਪੇਸ਼ ਕੀਤਾ ਏ, ਹਜ਼ਰਤ ਅਬੂ ਬਕਰ ਸਦੀ ਖਲੀਫਾ ਵਕਤ ਨੇ ਉਹਨਾਂ ਨੇ ਹਜ਼ਰਤ ਜਨਾਬ ਉਸਮਾਨ ਨੂੰ ਬੁਲਾਇਆ ਏ। ਆਂਦੇ ਨੇ ਹਜ਼ਰਤ ਉਮਰ ਆਂਦੇ ਨੇ ਮੈਂ ਸਲਾਮ ਆਖਿਆ, ਤੁਸੀਂ ਜਵਾਬ ਨਹੀਂ ਦਿੱਤਾ। ਆਂਦੇ ਨੇ ਕਿ ਮੈਂ ਸੁਣਿਆ ਨਹੀਂ, ਵਰਨਾ ਮੈਂ ਜਵਾਬ ਜ਼ਰੂਰ ਦਿੰਦਾ। ਅਖੇ ਸੁਣਿਆ ਕਿਉਂ ਨਹੀਂ? ਅਖੇ ਮੈਂ ਗਹਿਰੀਆਂ ਸੋਚਾਂ 'ਚ ਡੁੱਬਿਆ ਹੋਇਆ ਸਾਂ। ਹਜ਼ਰਤ ਅਬੂ ਬਕਰ ਆਂਦੇ ਨੇ ਕੀ ਪੈ ਸੋਚਦੇ ਸੋ? ਆਂਦਾ ਮੈਂ ਸੋਚਦਾ ਸਾਂ ਕਿ ਸਰਕਾਰ ਦੁਨੀਆ ਤੋਂ ਚਲੇ ਗਏ,
सरकार फौत हो गए। मैं सरकार को पूछना सी के सोनिया निजात किदे अंदर है, कामयाबी किदे अंदर है। हजरत अबू बकर सदीक ने उस्मान टेंशन ना लाए, मसला मैं पूछे आए के सरकारे मदीना नू मैं आख्या सी सोनिया निजात किदे अंदर है। नबी पाक ने जिनू ला इलाहा इल्लल्लाह एक कलमा समझ आ गया, ओदी निजात हो गई। इहदा मतलब है सरकार दे परवानियां दे आंदे बसला बड़ा वड्डा सी। ते भाजी घर दे अंदर बच्चियां नू भी सिखाओ भी बेटा अस्सलाम अलैकुम रहमतुल्लाह, अस्सलाम अलैकुम रहमतुल्लाह। इत्थे तो करी वड़दे ने ना बंदे कई इहे हुंदे ने, हालांकि बीवी बच्चियां नाल मुहब्बत होनी चाहीदी ना बंदियां दी, ते कई बंदे ते करी जांदे ने बाल मंजियां थले वड़ा अब्बा आ गया जे। बंदा पुछे अब्बा कहदा थानेदार ही आ वड़िया करी। सही गल है, कई अब्बे कहदे ने थानेदार ने, बुढ़िया बुढ़िया बेचारियां संगड़दियां फिरदे हुण खरे किहड़ा सप्प कढ़ेदा। कई बंदे इहे जे हुंदे ना वी आंदे किते रोटी भी माड़ी जी लेट ना तो उहने रख सिर ते बांह लैणी, बुढ़ी ते भात ही बना दिंदे। खुदा दा खौफ करिया करो, यानी कोई मुहब्बत वाली भी बंदा घर जाए ना सलाम ना दुआ ना लैनी ना देनी। अच्छा किन्नी मसीत च आप बैठे किहड़ा किहड़ा कड़क करी जाते सलाम आंदा। आ एक बाबा आंदा इहनूं तां पता आखर नेड़े आई, इहने तां आखना ही आखना, आखरी क्यार नूं पिया नहीं लगा उन्हें तो सलाम आखना भी जिहड़ियां कोई चार कट्ठियां होंदियां ने कर लईए। रौला देंदे ना कोई जवान बंदे जिन्हें बैठे ने माशाल्लाह। अज मेरे भरावां नूं अल्लाह तौफीक दे, लै भी हुण घर जिन्हें जिन्हें जाना जांदे बूहे च उच्ची आखना अस्सलामु अलैकुम रहमतुल्लाह। ये तुहाडे घर च भी सलामती हुंदी है ना भाई। अगर और फरमाओ इमामे कायनात तबीबे किबरिया मोहम्मदुर रसूलुल्लाह सल्लल्लाहु अलैहि वसल्लम ने फरमाया, मैं अर्ज इक्को ही हदीस कर रहा वा, मैं पहला तीन चीजा जिक्र कीतियां ने। नबी पाक ने फरमाया कुफारा बन जांदियां ने, आ तीन चीजा जिक्र कीतियां ने। सरकार आंदे ने दर्जे बुलंद हो जांदे ने, सरकारे मदीना आंदे ने ओ मेरे परवाने ओ, जरा तवज्जो नाल सुनो। सरकार दा पैगाम वे भुखे नूं खाना खवाइए, अल्लाह दर्जे बुलंद करदा है। सरकार आंदे ने सलाम नूं आम करिए, अल्लाह दर्जे बुलंद करदा है। ते सरकार आंदे ने वसल्लु बिललैल वन्ना सुनियाम, ते सरकारे मदीना दे ने जरा तवज्जो ते कर मेरे वीरा, अल्लाह दे नबी फरमांदे ने पिछली राती रब नाल तलक जोड़े, जदों दुनिया सुती हुंदी अल्लाह बासी दर्जे बुलंद फरमा दे। पिछली राती उठते ने किस्मत वाले, तो कई उंज भी उठ पैंदे ने, इन्हां नूं बड़े वेले नाल जाग आंदी, किसे दी कुकड़ी खुडे चो कढ़नी होवे, किसे दी बकरी चुकनी होवे, इह जे कम्मां लई उठते ने टाइमां नाल। सवेरे किसे दे पट्ठे चोरी वढ़ने हुण बड़ा टाइम नाल उठते ने, किसे दा पाणी तोड़ना होवे उदों बड़ा टाइम नाल उठते ने। इन्हां नूं नमाज़ टाइम नहीं जाग आंदी, बाकी सारे टाइमां 'च आ जांदी। आ सवेरे किते तरीक ते जाना होवे बड़े टाइम नाल उठते ने, ते जे नमाज दा ना जाग ही नहीं आंदी मौलवी जी, ते तरीक ते तैनूं अद्धी राती जाग आई हुंदी। यानी दुआ करो अल्लाह ताला तौफीक अता फरमा। इमामे कायनात तबीबे किबरिया मोहम्मदुर रसूलुल्लाह सल्लल्लाहु अलैहि वसल्लम ने मैं छे चीजा जिक्र कीतियां ने, और सरकारे मदीना ने अगलियां तीन फरमाइया, दरा नौ हो जाणगियां, दरा तवज्जो कर लेना। सरकारे मदीना ने वह अम्मल मुनजियात, ओ मेरे वीरा ते दोस्ता, सरकार आंदे ने तीन चीजा इंज दियां ने जड़िया बंदे नूं निजात दे देंदियां ने। ते सरकारे मदीना ने फल अदलु फिल हस्बी वर रिदा, मेरे नबी पाक आंदे ने जनाब खुशी दी हालत च होवे गुस्से दी हालत च होवे, ते जे तू इंसाफ दी सीट ते बवे सच्ची गल करें हक दी गल करें। अल्लाह दे नबी फरमांदे ने फल अदलु फिल हस्बी वर रिदा, खुशी दे अंदर या गुस्से अंदर इंसाफ तो कम लवे ते निजात पा जाएगा। ये कई बंदे बड़े कुदे लोरे जे आए हो ना, मैं एक मिसाल देना, कई बंदे ने मजा है ना यार पट्ठे मुठ जाए दोनों, तो जो उनका मूड ना हो तो दिल करे तो को उखड़ी कुहाड़ी तरह पै, तो कई बंदे जो लोर चे उन्हें है ना सारे ही वड़ ला,
ਮੁੜ ਅਖੀਰ ਤੇ ਅੱਪੜ ਖਲੋਂਦੇ ਨੇ ਤੇ ਸਰਕਾਰ ਆਉਂਦੇ ਨੇ ਭਾਵੇਂ ਖੁਸ਼ੀ 'ਚ ਹੋਵੋ ਨਾ ਤੇ ਇਨਸਾਫ ਸਹੀ ਕਰੋ। ਇਹ ਨਾ ਤੇਰੇ ਕੋਲ ਫੈਸਲਾ ਆਵੇ ਤੇ ਐਡਾ ਖੁਸ਼ ਹੋਵੇ ਆਖੋ ਚਲੋ ਸਾਰਾ ਕੁਛ ਠੀਕ ਹੈ ਛੱਡੋ ਪਰਾ ਦਫਾ ਕਰੋ, ਇਹ ਵੀ ਕੰਮ ਗਲਤ। ਤੇ ਜੇ ਕਦੀ ਗੁੱਸੇ 'ਚ ਹੋਵੋ ਜਜ਼ਬਾਤ 'ਚ ਤੇ ਫਿਰ ਵੀ ਫੈਸਲਾ ਗਲਤ ਨਾ ਕਰੋ। ਜਾਂ ਕੋਈ ਬੰਦਾ ਇਸ ਸੀਟ 'ਤੇ ਬੈਠਾ ਜਜ਼ਬਾਤ 'ਚ ਆ ਕੇ ਜੋ ਮੂੰਹੋਂ ਕੱਢੇ ਸਾਰਾ ਕੁਛ ਹੀ ਕੱਢ ਦੇ, ਨਹੀਂ ਭਾਈ ਯਾਨੀ ਉਦੋਂ ਇਨਸਾਫ ਤੋਂ ਕੰਮ ਲਓ। ਇਮਾਮੇ ਕਾਇਨਾਤ ਮੁਹੰਮਦ ਰਸੂਲੁੱਲਾ ਸਲਸਲਮ ਦੇ ਕੋਲ ਇਨਸਾਫ ਦਾ ਤਰਾਜ਼ੂ ਹੈ ਨਾ। ਬਨੂ ਮਖਜ਼ੂਮ ਕਬੀਲੇ ਦੀ ਬੁੜੀ ਨੇ ਚੋਰੀ ਕੀਤੀ, ਸਾਰਿਆਂ ਆਖਿਆ ਸਿਫਾਰਿਸ਼ ਕਰੋ ਚੰਗੇ ਉੱਚੇ ਖਾਨਦਾਨ ਦੀ, ਇਹਦਾ ਹੱਥ ਨਹੀਂ ਵਡੀਜਣਾ ਬਲਕਿ ਨੱਕ ਵਡੀਜਣਾ। ਅਤੇ ਸਰਕਾਰ ਨੂੰ ਆਖੋ ਵੀ ਜਾਂਦੀ ਕਰੋ, ਇਹਨੂੰ ਕੁਛ ਨਾ ਆਖਿਆ। ਉਹਨੇ ਆਖਿਆ ਵੀ ਸਭ ਤੋਂ ਚੇਤਾ ਤਾਂ ਫਿਰ ਨਬੀ ਪਾਕ ਦਾ ਉਸਾਮਾ ਹੈ, ਉਹਨੂੰ ਆਖੋ ਮਾੜੀ ਜਿਹੀ ਸਿਫਾਰਿਸ਼ ਕਰ ਦੇ। ਹੁਣ ਵੀ ਲੋਕ ਸਿਫਾਰਿਸ਼ਾਂ ਲੱਭਦੇ ਨੇ। ਅਤੇ ਇੱਥੇ ਸਾਡੇ ਕੋਲ ਸਾਡੀਆਂ ਆਹ ਜਿਹੜੀਆਂ ਪਿੰਡ 'ਚ ਭਰਾਂ ਪੰਚਾਇਤਾਂ ਹੁੰਦੀਆਂ ਨੇ, ਇੱਥੇ ਮੁਨਸਿਫ ਕੌਣ ਹੁੰਦਾ? ਜਿਹੜਾ ਚੰਗਾ ਝੂਠ ਬੋਲ ਲੈਂਦਾ ਵੱਡਾ ਸਾਰਾ, ਉਹ ਸਾਡਾ ਮੁਨਸਿਫ ਹੁੰਦਾ। ਉਹਨਾਂ ਦਾ ਤੂੰ ਚੰਗੇ ਪੜੋਲ ਬੰਨ ਲੈਣਾ ਆਪੇ ਬੰਨੀ ਜਾਈ, ਅਸੀਂ ਤਾਂ ਚੁੱਪ ਕਰਦੇ ਬੈਠੇ ਰਹਾਂ। ਇੱਥੇ ਇਹ ਜੇ ਹੁੰਦੇ ਨੇ, ਉਹਨੇ ਅਜੇ ਜਿਹੀਆਂ ਰੂਹਾਂ, ਉਹ ਜੇ ਫਰਿਸ਼ਤੇ, ਜੇ ਜੇ ਫੈਸਲੇ ਕਰਾਉਣ ਵਾਲੇ, ਉਹ ਜੋ ਕਰਨ ਵਾਲੇ ਹੁੰਦੇ ਨੇ। ਉਹ ਨਬੀ ਪਾਕ ਨੂੰ ਉਹਨੇ ਆ ਕੇ ਆਖਿਆ ਸਰਕਾਰ ਜਾਂਦੀ ਕਰੋ, ਬੜੇ ਬੜੇ ਉੱਚੇ ਖਾਨਦਾਨ ਦੀ ਔਰਤ ਅਤੇ ਬਿਜਤੀ ਬੜੀ ਹੈ। ਅਤੇ ਨਬੀ ਪਾਕ ਦਾ ਆਪ ਸਰਕਾਰ ਦਾ ਰੰਗ ਸੁਰਖ ਹੋ ਗਿਆ ਔਰ ਸਰਕਾਰਾਂ ਨੇ ਉਸਾਮਾ ਤੂੰ ਅੱਲਾ ਦੀਆਂ ਹਦੂਦਾਂ ਦੇ ਅੰਦਰੋਂ ਹੱਦ ਦੇ ਬਾਰੇ ਸਿਫਾਰਿਸ਼ ਕਰਨਾ ਹੈ ਔਰ ਤੂੰ ਤੇ ਇਹ ਬਾਤ ਕਰਨਾ, ਅਗਰ ਇਹਦੀ ਜਗ੍ਹਾ ਤੇ ਮੈਂ ਮੁਹੰਮਦ ਦੀ ਬੇਟੀ ਫਾਤਮਾ ਵੀ ਹੁੰਦੀ ਨਾ ਤਾਂ ਮੈਂ ਮੁਹੰਮਦ ਉਹਦਾ ਹੱਥ ਕੱਟ ਕਰਕੇ ਰੱਖ ਦਿੰਦਾ। ਔਰ ਫਾਤਮਾ ਸਰਕਾਰਾਂ ਨੇ ਬਿਜ਼ਾ ਤੂੰ ਮਿੰਨੀ, ਸਰਕਾਰਾਂ ਨੇ ਮੇਰੀ ਫਾਤਮਾ ਨਾਲ ਮੈਨੂੰ ਇੰਨਾ ਮੁਹੱਬਤ ਤੇ ਪਿਆਰ ਹੈ, ਫਾਤਮਾ ਮੇਰੇ ਦਿਲ ਦਾ ਟੁਕੜਾ ਹੈ, ਮੇਰੇ ਜਿਸਮ ਦਾ ਹਿੱਸਾ ਹੈ। ਪਰ ਜਦੋਂ ਇਨਸਾਫ ਦੀ ਬਾਤ ਆਈ ਤੇ ਸਰਕਾਰਾਂ ਦੇ ਅਗਰ ਮੇਰੇ ਦਿਲ ਦਾ ਟੁਕੜਾ ਵੀ ਹੁੰਦਾ ਤੇ ਮੈਂ ਹੱਥ ਕੱਟ ਕੇ ਰੱਖ ਦਿੰਦਾ। ਇਹ ਤੇ ਸਾਡੇ ਵਾਲਾਂ ਕੋਲੋਂ ਕੋਈ ਜਿਹਾ ਗਲਤੀ ਹੋ ਜਾ, ਅਸੀਂ ਸਾਡਾ ਤਾਂ ਸੱਤਾਂ ਧੀਆਂ ਵਰਗੇ ਨੇ ਤੇ ਕਦੀ ਕੁਛ ਕੀਤਾ ਹੀ ਨਹੀਂ। ਉਹਦਾ ਪਿਓ ਕਸਮਾਂ ਦੇਣ ਨੂੰ ਫਿਰਦਾ ਹੁੰਦਾ ਝੂਠੇ ਦੀਆਂ। ਸਾਡੇ ਪਾਕਿਸਤਾਨ 'ਚ ਇਨਸਾਫ ਹੈ, ਭਾਵੇਂ ਆਪਦਾ ਪੁੱਤਰ ਹੋਵੇ ਆਖੋ ਭਾਈ ਇਹ ਗਲਤ, ਜੇ ਇਹਨੂੰ ਫੜ ਲਓ ਲੈ ਜਾਊਗਾ। ਇਮਾਮੇ ਕਾਇਨਾਤ ਮੁਹੰਮਦ ਰਸੂਲੁੱਲਾ, ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਸਰਕਾਰੇ ਮਦੀਨਾ ਨੇ ਫਰਮਾਇਆ ਵੇ ਅੱਲਾ ਦੇ ਨਬੀ ਆਂਦੇ ਨੇ ਦੂਸਰੀ ਚੀਜ਼ ਜਿਹੜੀ ਬੰਦੇ ਨੂੰ ਨਿਜਾਤ ਦੇ ਦਿੰਦੀ ਏ, ਵਲ ਕਸਦੁ ਫਿਲ ਫਕਰੀ, ਅੱਲਾ ਦੇ ਨਬੀ ਆਂਦੇ ਨੇ ਵਲ ਗਿਨਾ, ਨਬੀ ਪਾਕ ਆਂਦੇ ਨੇ ਬੰਦੇ ਕੋਲ ਪੈਸਾ ਹੋਵੇ ਤਾਂ ਵੀ ਮੈਨਾ ਰਵੀ ਇਖਤਿਆਰ ਕਰੇ, ਤੇ ਸਰਕਾਰੇ ਮਦੀਨਾ ਆਂਦੇ ਨੇ ਜੇ ਗੁਰਬਤ ਆ ਜਾਵੇ ਤਾਂ ਵੀ ਮੈਨਾ ਰਵੀ ਇਖਤਿਆਰ ਕਰੇ, ਪੈਸਾ ਹੋਵੇ ਤੇ ਕੰਡ ਤੇ ਪੂਛਲ ਨਾ ਰੱਖੀ, ਸਰਕਾਰ ਆਂਦੇ ਨੇ ਮੈਂ ਨਾ ਰਵੀ ਇਖਤਿਆਰ ਕਰੀ ਤੇ ਨਿਜਾਤ ਪਾ ਜਾਏਗਾ। ਜਦੋਂ ਕਈਆਂ ਕੋਲ ਪੈਸੇ ਆਉਂਦੇ ਉਹਨਾਂ ਦਾ ਤਬੀਅਤ ਹੀ ਖਰਾਬ ਹੋ ਜਾਂਦੀ। ਮੈਂ ਨਾ ਦੁਆ ਕਰਿਆ ਕਰੋ ਅੱਲਾ ਸਾਰਿਆਂ ਨੂੰ ਵਾਧੂ ਪੈਸੇ ਦੇਵੇ, ਵਾਧੂ ਪੈਸਿਆਂ ਦੀ ਦੁਆ ਕਰੋ, ਨਾਲ ਇਹ ਜ਼ਰੂਰ ਕਰਿਆ ਜੀ ਵੀ ਅੱਲਾ ਇਹਨਾਂ ਦੀ ਟੂਨ ਸਹੀ ਰੱਖੇ, ਕਿਉਂਕਿ ਜਿਹਨਾਂ ਕੋਲ ਪੈਸਾ ਆਉਂਦਾ ਉਹਨਾਂ ਦੀਆਂ ਟੂਨਾਂ ਖਰਾਬ ਹੁੰਦੀਆਂ ਨੇ। ਤੇ ਦੁਆ ਕਰੋ ਅੱਲਾ ਪੈਸਾ ਵੀ ਦੇਵੇ ਤੇ ਟੂਨਾ ਵੀ ਸਹੀ ਰਹਿਣ। ਜਿਹਦੇ ਕੋਲ ਚਾਰ ਆਨੇ ਨਾ, ਕਿਉਂਕਿ ਹਿਸਾਬ ਹੁੰਦਾ, ਮੈਂ ਕਈ ਦਾ ਦੱਸਣਾ ਹੁੰਦਾ, ਇੱਕ ਕਿਤਾਬ ਹੈ ਕਲੀਲਾ ਦਿਮਨਾ, ਉਹਦਾ ਬੜੀਆਂ ਜ਼ਬਾਨਾਂ 'ਚ ਤਰਜਮਾ ਹੋਇਆ। ਉਹ ਪੁਰਾਣੇ ਵਕਤ ਦੇ ਬਾਦਸ਼ਾਹ ਕੋਲ ਰੱਖਦੇ, ਉਹਦੇ 'ਚ ਬੜੀਆਂ ਹਿਕਮਤ ਦੀਆਂ ਗੱਲਾਂ ਨੇ ਉਸ ਕਿਤਾਬ 'ਚ। ਉਹ ਜਿਹੜੀ ਕਿਤਾਬ ਸੀ ਨਾ, ਉਹਦੇ 'ਚ ਬੜੇ ਐਵੇਂ ਦੀਆਂ ਹਕੈਤਾਂ ਲਿਖੀਆਂ ਨੇ, ਕੋਈ ਦੀਸ਼ ਨਹੀਂ ਮੈਂ ਦੱਸਣ ਲੱਗਾ। ਉਹ ਕੋਈ ਬੰਦਾ ਰਹਿੰਦਾ ਸੀ ਆਪਦੇ ਘਰੀਂ, ਅਤੇ ਉਹਦੇ ਘਰੀ ਇੱਕ ਸ਼ਰੀਫ ਜਿਹਾ ਚੂਹਾ ਰਹਿੰਦਾ ਸੀ, ਖੁੜ ਜੋ ਨਿਕਲੇ ਕਰੇ, ਖਾਵੇ ਕਰੇ ਤੇ ਜਾਵੇ ਕਰੇ। ਉਹਨੂੰ ਵਾਹਵਾ ਦੇਣ ਹੋਏ ਨਾ, ਤੂੰ ਤੂਹੇ ਚੂਹੇ ਦੀ ਤਾਂ ਤਬੀਅਤ ਹੀ ਖਰਾਬ ਹੋ ਗਈ। ਉਹ ਬੰਦਾ ਗਵੇੜੀ ਸੀ, ਉਹਨੇ ਹੈ ਵੀ ਇੰਜ ਨੇ ਕੀਤਾ ਤਾਂ ਕਦੀ ਨਹੀਂ, ਜਿੰਝ ਹੁਣ ਕਰਦਾ, ਖੁੜ ਚੋਂ ਨਿਕਲਦਾ ਛਰਲ ਕਰਦੇ ਇਹਨੂੰ ਜਾਂਦਾ ਤੇ ਛਰਲ ਕਰਦੇ ਇਹਨੂੰ ਜਾਂਦਾ, ਹੁਣ ਤਾਂ ਵਾਰ ਤੋਂ ਭਾਂਡੇ ਵੀ ਡੇਗਦਾ, ਇਹਨੂੰ ਕਸਰ ਕੀ ਹੈ। ਉਹ ਬੰਦਾ ਸਿਆਣਾ ਸੀ, ਦਾਨਾ ਮੀਨਾ, ਉਹਨੇ ਆਇਆ ਦੀ ਖੁੱਡ ਪਟੋ, ਕਿਹੜੀ ਸ਼ੈ ਜਿਹੜੀ ਕਹਿੰਦੇ 'ਚ ਤਬਦੀਲੀ ਇੰਨੀ ਆ ਗਈ। ਉਹਨੇ ਜੋ ਖੁੱਡ ਪਟਾਈ, ਖੁੱਡ ਤੱਕ ਆਪੇ ਅੱਪੜ ਗਿਆ, ਉਹਦੀ ਖੁੱਡ 'ਚ ਕੋਈ ਸੋਨੇ ਦੀ ਡਲੀ ਪਈ, ਕੋਈ ਸੱਪ ਲਿਆ ਕਿੱਥੋਂ ਲਿਆਇਆ। ਉਹਨੇ ਡਲੀ ਚੁੱਕ ਲਈ, ਉਹਨੇ ਲੈਂਦਾ ਸੇਕਾ ਨਹੀਂ ਇਹਨੂੰ ਬਹਿਣ ਦਿੰਦਾ। ਉਹ ਜਦੋਂ ਉਹਨੇ ਡਲੀ ਲਈ ਨਾ ਚੁੱਕ, ਤਾਂ ਦੂਜੇ ਦਿਨ ਚੂਹੇ ਦੀ ਰਫ਼ਤਾਰ ਫਿਰ ਉਹੀ ਹੋ ਗਈ, ਬੜਾ ਸਕੂਨ 'ਚ ਹੋ ਗਿਆ। ਇਹ ਹਿਸਾਬ ਹੁੰਦਾ ਦੁਨੀਆਦਾਰਾਂ ਦਾ। ਜਦੋਂ ਧੋਵਣ ਨਾਲ ਲਾਦ ਪੈੜੇ, ਮੌਲਵੀ ਜੀ ਕੋਈ ਵਜ਼ੀਫਾ ਚੰਗਾ ਜਿਹਾ ਦੱਸਿਆ ਜੇ, ਬੜੇ ਹਾਲਾਤ ਖਰਾਬ ਨੇ, ਅੱਲਾ ਹੀ ਅੱਲਾ ਕਰਦਾ। ਅਤੇ ਜਦੋਂ ਚਾਰ ਆਨੇ ਬੋਝ 'ਚ ਆ ਜਾਂਦੇ ਨੇ, ਅਤੇ ਮੁੜ ਚੂਹੇ ਤਰ੍ਹਾਂ ਜਨਾਬ ਛਲਡ ਛਲਡ ਕਰਦਾ ਅਸੀਂ ਤੇ ਅਸੀਂ,
ਤੇ ਫਿਰ ਉਤੋਂ ਆਖਦਾ ਕਈਆਂ ਨੂੰ ਬੰਦੇ ਨੂੰ ਆਹ ਗੱਲ ਸੁਣ, ਮੈਨੂੰ ਬੁਲਾਵਣ ਦੀ ਵੀ ਤਮੀਜ਼ ਨਹੀਂ ਹੁੰਦੀ, ਵੇਹਦਾ ਵੀ ਹੋਰ ਤਰ੍ਹਾਂ, ਟੁਰਦਾ ਵੀ ਹੋਰ ਤਰ੍ਹਾਂ, ਨਹੀਂ ਪੈਸਾ ਆਵੇ ਤਾਂ ਲੋਕਾਂ ਦੀ ਚਾਲ ਹੀ ਬਦਲ ਜਾਂਦੀ। ਸਰਕਾਰ ਆਉਂਦੇ ਨੇ ਜੇ ਤੂੰ ਨਿਜਾਤ ਜਾਣਾ, ਰੱਬ ਨੇ ਪੈਸਾ ਦਿੱਤਾ ਤਾਂ ਅੱਲਾ ਤੈਨੂੰ ਸੰਭਾਲਣ ਦੀ ਵੀ ਤੋਫੀਕ ਦੇ। ਪੈਸਾ ਵੀ ਘੱਟ ਲੋਕਾਂ ਨੂੰ ਹਜ਼ਮ ਹੁੰਦਾ, ਅਗਰ ਅੱਲਾ ਪੈਸਾ ਦੇਵੇ ਤਾਂ ਤਕੱਬਰ ਨਾ ਕਰ, ਜਦੋਂ ਪੈਸਾ ਅੱਲਾ ਦਿੰਦਾ ਤੂੰ ਮੁੜ ਬੜੇ ਜਨਾਬ ਖਰਚੇ ਵੱਧ ਜਾਂਦੇ ਨੇ। ਅੱਲਾ ਦਾ ਮੈਨਾ ਰਵੀ ਇਖਤਿਆਰ ਕਰੋ, ਦਰਮਿਆਨੀ ਰਾਹ, ਗੁਰਬਤ ਨਹੀਂ ਆਏਗੀ, ਇੱਕ ਵਾਰੀ ਆਏ ਤਾਂ ਇੱਕੋ ਵਾਰੀ ਵੜਾ ਦੇ ਤਾਂ ਮੁੜ ਬਹਿ ਜਾਂਦੇ ਨੇ। ਸਰਕਾਰਾਂ ਨੇ ਮੈਨਾ ਰਵੀ ਇਖਤਿਆਰ ਕਰੋਗੇ ਤਾਂ ਨਿਜਾਤ ਪਾ ਜਾਏਗਾ। ਖੈਰ ਲਮੂਰੀ ਔਸਾ ਤੁਹਾ ਅਦਰਾ ਤਵੱਜੋ ਕਰਨਾ। ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦੁਰ ਰਸੂਲੁਲਾਹ, ਸਰਕਾਰ ਆਂਦੇ ਨੇ ਤਿੰਨ ਚੀਜ਼ਾਂ ਬੰਦੇ ਨੂੰ ਨਿਜਾਤ ਦੇ ਦਿੰਦੀਆਂ ਨੇ। ਨਬੀ ਪਾਕ ਆਂਦੇ ਨੇ ਗੁੱਸੇ ਜਾਂ ਨਾਰਾਜ਼ਗੀ ਦੀ ਹਾਲਤ ਦੇ ਅੰਦਰ ਇਨਸਾਫ ਕਰੇ ਅੱਲਾ ਤੇ ਨਬੀ ਆਂਦੇ ਨੇ ਨਿਜਾਤ ਪਾ ਜਾਏਗਾ। ਔਰ ਸਰਕਾਰੇ ਮਦੀਨਾ ਆਂਦੇ ਨੇ ਦੂਸਰੇ ਨੰਬਰ ਤੇ ਅੱਲਾ ਪੈਸਾ ਦੇਵੇ, ਰੁਪਈਆ ਦੇਵੇ, ਜਾਂ ਅੱਲਾ ਨਾ ਕਰੇ ਗੁਰਬਤ ਹੋਵੇ, ਦਰਮਿਆਨੀ ਇਖਤਿਆਰਾ ਇਖਤਿਆਰ ਕਰੀ, ਨਾ ਬਹੁਤਾ ਉਦਾਂ ਜਾਵੀਂ ਤੇ ਨਾ ਥੱਲੇ ਆਵੀਂ, ਨਿਜਾਤ ਪਾ ਜਾਏਗਾ। ਔਰ ਸਰਕਾਰੇ ਮਦੀਨਾ ਦੇ ਨੇ ਤੀਸਰੇ ਨੰਬਰ ਤੇ ਅੱਲਾ ਦੇ ਨਬੀ ਸੱਲੱਲਾਹੁ ਸੱਲਮ ਨੇ ਫਰਮਾਇਆ ਵੇ, ਸਰਕਾਰੇ ਮਦੀਨਾ ਨੇ ਫਰਮਾਇਆ ਵੇ, ਫਿਸਰੀ ਵਲ ਅਲਾਨੀਆ, ਨਬੀ ਪਾਕ ਨੇ ਤਨਹਾਈ ਦੇ ਅੰਦਰ ਤੇ ਜਾਂ ਜਨਾਬ ਲੋਕਾਂ ਦੇ ਸਾਹਮਣੇ ਅੱਲਾ ਕੋਲੋਂ ਡਰੇ, ਜੇ ਇਕੱਲਾ ਹੋਵੇ ਤੇ ਓਨਾ ਹੀ ਡਰੇ, ਲੋਕਾਂ ਦੇ ਸਾਹਮਣੇ ਹੋਵੇ ਤੇ ਓਨਾ ਹੀ ਡਰੇ, ਤੇ ਨਿਜਾਤ ਪਾ ਜਾਏਗਾ। ਜਿਵੇਂ ਕਈ ਬੰਦਿਆਂ ਨੂੰ ਆਦਤ ਹੁੰਦੀ, ਬੰਦਿਆਂ ਦੇ ਸਾਹਮਣੇ ਐਵੇਂ ਤਸਬੀ ਚੁੱਕੀ ਫਿਰਦੇ ਹੁੰਦੇ ਨੇ, ਅੱਗੇ ਪਿੱਛੇ ਕਰੀਏ ਮੂੰਹ ਤੋਂ ਇਕੱਲੇ ਦੀ ਮੂੰਹ ਤੋਂ ਮੋਸ ਮਾਰ ਲੈ ਨਾ ਨਿਕਲੇ, ਤੇ ਜੇ ਲੋਕਾਂ 'ਚ ਫਿਰਨ ਦੇ ਐਵੇਂ ਹੀ ਤਸਬੀ ਫੜਤੇ ਫਿਰਦੇ ਹੁੰਦੇ, ਜਿਵੇਂ ਇਲਾਕੇ ਦਾ ਪੀਰ ਇਹ ਹੀ ਹੁੰਦਾ, ਐਵੇਂ ਉਹ ਮਣਕੇ ਸੜਦੇ ਫਿਰਦੇ ਹੁੰਦੇ। ਵੀ ਅੱਲਾ ਦੇ ਬੰਦੇ, ਜੇ ਤੁਸੀਂ ਲੋਕਾਂ ਦੇ ਸਾਹਮਣੇ ਜੇ ਉਹ ਜੇ ਇਕੱਲੇ ਵੀ ਹੋ, ਤੁਹਾਨੂੰ ਪਤਾ ਹੋਵੇ ਕਿ ਇਨ ਅੱਲਾ ਹਕਾ ਨਾ ਅਲੀ ਕੁਮ ਰਖੀਬਾ, ਮੇਰਾ ਰੱਬ ਮੈਨੂੰ ਵੇਖਦਾ, ਉਹ ਤਾਂ 24 ਘੰਟੇ ਵੇਖਦਾ, ਅਲੀਮ ਬਿਜ਼ਾਤ ਸਦੂਰ, ਮੇਰੇ ਦਿਲ ਦੀਆਂ ਹਾਲਤਾਂ ਵੀ ਵੇਖਦਾ। ਅਤੇ ਫਿਰ ਇਹ ਜੇ ਖੇਖਣ ਕਰਨ ਦੀ ਕੋਈ ਲੋੜ ਹੈ ਭਲਾ ਬੰਦਾ ਪੁੱਛੇ, ਵੀ ਲੋਕਾਂ ਦੇ ਵਿੱਚ ਤਾਂ ਹੋਵੇ ਤਾਂ ਐਵੇਂ ਬੈਠੇ ਅੱਲਾਹ ਅਕਬਰ ਸੁਭਾਨ ਅੱਲਾਹ, ਅਤੇ ਇਕੱਲੇ ਨੂੰ ਵੇਖੋ ਤਾਂ ਮੁੜ ਅੱਲਾ ਹੀ ਅੱਲਾ, ਅਤੇ ਇੰਨਾ ਲੀਲਾ ਹੀ ਪੜ੍ਹੀ ਜਾਓ। ਅਦਰਾ ਗੌਰ ਕਰਨਾ, ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦੁਰ ਰਸੂਲੁਲਾਹ ਸੱਲੱਲਾਹੁ ਸੱਲਮ ਨੇ ਦੱਸਿਆ, ਸਰਕਾਰ ਆਂਦੇ ਨੇ ਖਸੀਅਤਿਲਾਹ ਫਿਸਰੀ ਵਲ ਅਲਾਨੀਆ, ਅੱਲਾ ਕੋਲੋਂ ਡਰੀ ਲੋਕਾਂ ਦੇ ਸਾਹਮਣੇ ਵੀ, ਤਨਹਾਈ ਦੇ ਅੰਦਰ ਵੀ। ਆ ਵੇਖ ਜਿਹੜੇ ਅੱਲਾ ਕੋਲੋਂ ਡਰਨ ਵਾਲੇ ਨੇ, ਮੈਂ ਇੱਕ ਬਾਤ ਜ਼ਿਕਰ ਕਰਨ ਲੱਗਾ ਵਾਂ, ਹਾਫਿਜ਼ ਇਬਨੇ ਹਜਰ ਅਸਕਲਾਨੀ ਸੀਰੇ ਸਹਾਬਾ ਦੇ ਅੰਦਰ ਆਂਦੇ ਨੇ, ਇੱਕ ਦਿਨ ਇੰਜ ਵੀ ਹੋਇਆ ਕਿ ਨਬੀ ਪਾਕ ਦਾ ਪਰਵਾਨਾ ਅਬਦੁੱਲਾ ਬਿਨ ਉਮਰ ਰਜ਼ੀ ਅੱਲਾਹੁ ਤਾਲਾ ਅਨਹੁ, ਉਹਨਾਂ ਨੇ ਆਪਣੇ ਸਾਥੀਆਂ ਦੀ ਦਾਵਤ ਕੀਤੀ ਏ, ਤੇ ਕੋਲ ਬੱਕਰੀਆਂ ਵਾਲਾ ਵੇ, ਉਹਨੂੰ ਆਂਦੇ ਨੇ ਆ ਜਾ ਤੂੰ ਵੀ ਦਾਵਤ 'ਚ ਸ਼ਾਮਿਲ ਹੋ ਜਾ, ਯਾਨੀ ਬਾਹਰ ਮਦੀਨੇ 'ਚੋਂ ਖੁੱਲੀ ਫਜ਼ਾ ਦੇ ਅੰਦਰ ਦਾਵਤ ਕੀਤੀ ਏ, ਦਾਵਤ ਦਾ ਇਹਤਮਾਮ ਕੀਤਾ ਏ। ਆਂਦੇ ਨੇ ਯਾਰ ਬੱਕਰੀਆਂ ਦਾ ਛੇੜੂ ਏ, ਇਹਨੂੰ ਵੀ ਸੱਦੋ, ਸਾਡੇ ਨਾਲ ਖਾਣਾ ਖਾ ਲਵੇ। ਅਬਦੁੱਲਾ ਬਿਨ ਉਮਰ ਉਹਦੇ ਨੇੜੇ ਹੋਏ ਨੇ, ਆਂਦੇ ਨੇ ਆ ਜਾ ਬੇਲੀਆ ਅਸੀਂ ਰੋਟੀ ਖਾਣ ਲੱਗੇ ਹਾਂ, ਤੂੰ ਵੀ ਖਾਣਾ ਖਾਣ। ਇਹਦਾ ਮਤਲਬ ਸਿਆਬਾ 'ਚ ਵੀ ਮਾਹੌਲ ਤਾਂ ਹੈਗਾ ਸੀ ਨਾ, ਕਿਤੇ ਓਪਨ ਬਾਜ ਖੁੱਲ੍ਹੇ ਜਾ ਕੇ ਖਾਓ ਪੀਓ, ਯਾਨੀ ਜਿਹਨੂੰ ਤੁਸੀਂ ਪੰਜਾਬ ਆਖ ਲਓ ਵੀ ਆਊਟਿੰਗ, ਤਾਂ ਸਿਆਬਾ ਵੀ ਫਿਰ ਕਰਦੇ ਸੀ ਮਦੀਨੇ 'ਚ ਬਾਹਰ ਖੁੱਲ੍ਹੀ ਫਜ਼ਾ, ਜਿਵੇਂ ਤੁਸੀਂ ਪਾਰਕਾਂ ਪੂਰਕਾਂ 'ਚ ਜਾਂਦੇ ਜੇ, ਅਤੇ ਕਈ ਪਾਰਕਾਂ 'ਚ ਜਾਣ ਤਾਂ ਜੇ ਕੋਈ ਉੱਥੇ ਮੌਲਵੀ ਗਿਆ ਹੋਵੇ, ਮੌਲਵੀ ਜੀ ਤੁਸੀਂ ਵੀ ਆਏ ਜੇ, ਅਤੇ ਮੈਂ ਤੁਹਾਡੇ ਨਾਲ ਹੀ ਪਾਰਕ ਲੱਗਾ, ਮੌਲਵੀ ਦਾ ਆਪਣਾ ਘੁੰਮਣਾ ਲਿਖਿਆ ਖੜਾ ਉੱਥੇ, ਹੇ ਮੌਲਵੀ ਜੀ ਤੁਸੀਂ ਵੀ ਆਏ ਜੇ ਪਾਰਕ 'ਚ, ਵੀ ਪਾਰਕ 'ਚ ਸਾਰੀ ਦੁਨੀਆ ਫਿਰਦੀ, ਜੇ ਕੋਈ ਮੌਲਵੀ ਲਗਾ ਗਿਆ ਤਾਂ ਕੀ ਹੋ ਗਿਆ। ਮੌਲਵੀ ਨੂੰ ਵੇਖਦੇ ਨੇ ਵੀ ਹਰੇ ਤਾਂ ਵਿਚਾਰਾ ਕੁੱਜੇ 'ਚ ਬੰਦ ਰਹੇ, ਬਾਹਰ ਆਵੇ ਹੀ ਨਾ। ਇਮਾਮੇ ਕਾਇਨਾਤ ਮੁਹੰਮਦੁਰ ਰਸੂਲੁੱਲਾਹ, ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦੁਰ ਰਸੂਲੁੱਲਾਹ ਸੱਲੱਲਾਹੁ ਸੱਲਮ ਦੇ ਪਰਵਾਨੇ ਨੇ ਜਦੋਂ ਇੰਨੀ ਗੱਲ ਆਖੀ ਏ, ਆਂਦਾ ਹਜ਼ਰਤ ਜੀ ਮੈਂ ਰੋਟੀ ਨਹੀਂ ਖਾਣੀ। ਆਂਦੇ ਨੇ ਉਹਦੀ ਕੀ ਰੀਜ਼ਨ ਏ, ਉਹਦੀ ਕੀ ਵਜ੍ਹਾ ਏ? ਆਂਦਾ ਇੰਨੀ
ਸਾਇਮਨ ਆਂਦਾ ਮੈਂ ਤੇ ਰੋਜ਼ਾ ਰੱਖਿਆ ਏ। ਅਬਦੁੱਲਾ ਬਿਨ ਉਮਰ ਬੜੇ ਹੈਰਾਨ ਹੋ ਗਏ ਨੇ, ਉਹ ਬੱਕਰੀਆਂ ਚਾਰਦਾ ਫਿਰਦਾ ਤੇ ਰੋਜ਼ਾ ਰੱਖਿਆ ਏ, ਏਡੀ ਗਰਮੀ ਤੇ ਧੁੱਪ 'ਚ ਰੋਜ਼ਾ ਰੱਖਿਆ ਏ, ਉਹ ਵੀ ਨਫਲੀ ਰੋਜ਼ਾ ਰੱਖਿਆ ਏ। ਅਸੀਂ ਖਾਣਾ ਪੈ ਖਾਨੇ ਨੇ, ਨਫਲੀ ਰੋਜ਼ਾ ਰੱਖਿਆ ਏ। ਔਰ ਪਿੰਡਾਂ ਵਾਲੇ ਜਾਣਦੇ ਨੇ, ਗਾਵਾਂ ਚਰਾਣੀਆਂ ਵੀ ਸੌਖੀਆਂ ਹੁੰਦੀਆਂ ਨੇ, ਮੱਝਾਂ ਚਰਾਣੀਆਂ ਵੀ ਸੌਖੀਆਂ ਹੁੰਦੀਆਂ ਨੇ, ਬੱਕਰੀਆਂ ਚਰਾਣੀਆਂ ਬੜੀਆਂ ਔਖੀਆਂ ਹੁੰਦੀਆਂ ਨੇ। ਇੱਧਰੋਂ ਮੋੜੋ ਤੇ ਇੱਧਰ ਤੇ ਉੱਧਰੋਂ ਮੋੜੋ ਤੇ ਉੱਧਰ, ਜਨਾਬ ਸਾਰਾ ਦਿਨ ਬੰਦਾ ਨਸ ਭੱਜ ਵਿੱਚ ਹੀ ਰਹਿੰਦਾ ਹੈ। ਉਹ ਤਾਂ ਤੇ ਅਬਦੁੱਲਾ ਬਿਨ ਉਮਰ ਆਂਦੇ ਨੇ ਕਿ ਬੜੀ ਕਮਾਲ ਦੀ ਗੱਲ ਏ, ਨਾਲੇ ਬੱਕਰੀਆਂ ਚਰਾਉਂਦਾ ਏ, ਨਾਲੇ ਆਂਦਾ ਇੰਨੀ ਸਾਇਮਨ। ਹਜ਼ਰਤ ਅਬਦੁੱਲਾ ਬਿਨ ਉਮਰ ਆਂਦੇ ਨੇ, ਮੈਂ ਵੇਖਾਂ ਅੱਲਾ ਕੋਲੋਂ ਕਿਵੇਂ ਡਰਨ ਵਾਲਾ ਏ, ਕਿਆ ਆਪਣੇ ਮਾਲਕ ਦੇ ਸਾਹਮਣੇ ਡਰਦਾ ਜਾਂ ਸਾਡੇ ਕੋਲ ਵੀ ਪਿਆ ਡਰਦਾ ਏ। ਆਂਦੇ ਨੇ ਹਜ਼ਰਤ ਜੀ ਇੰਜ ਕਰੋ, ਇਹਨਾਂ ਬੱਕਰੀਆਂ 'ਚੋਂ ਇੱਕ ਬੱਕਰੀ ਸਾਨੂੰ ਦੇ ਦੇਵੋ, ਅਸੀਂ ਹਲਾਲ ਕਰਾਂਗੇ, ਕੁਝ ਗੋਸ਼ਤ ਤੁਹਾਨੂੰ ਵੀ ਦੇਵਾਂਗੇ, ਅਫਤਾਰੀ ਕਰ ਲਿਆ ਜੇ। ਹਜ਼ਰਤ ਅੱਲਾ ਦਾ ਬੰਦਾ ਦਾ ਨਾ ਨਾ ਹਜ਼ਰਤ ਜੀ ਇਹ ਕੰਮ ਨਹੀਂ ਹੋ ਸਕਦਾ। ਆਂਦੇ ਨੇ ਕਿਉਂ ਨਹੀਂ ਹੋ ਸਕਦਾ? ਆਂਦਾ ਲਈ ਸਤਨੀ ਬਿਖਾਨਾ ਮਿਲ ਇਨਹਾ ਸੰਯਦੀ। ਆਂਦਾ ਬੱਕਰੀਆਂ ਮੇਰੀਆਂ ਨਹੀਂ, ਜਿਸ ਮਾਲਕ ਦਾ ਮੈਂ ਗੁਲਾਮ ਹਾਂ ਉਹਦੀਆਂ ਬੱਕਰੀਆਂ ਨੇ, ਤੇ ਮੈਂ ਬੇਈਮਾਨੀ ਨਹੀਂ ਕਰ ਸਕਦਾ, ਖਿਆਨਤ ਨਹੀਂ ਕਰ ਸਕਦਾ। ਹਜ਼ਰਤ ਅਬਦੁੱਲਾ ਨੇ, ਤੇਰਾ ਮਾਲਕ ਕਿਹੜਾ ਵੇਂਦਾ ਪਿਆ ਏ ਜਿਹੜਾ ਉਹਨੂੰ ਪਤਾ ਲੱਗ ਜਾਏਗਾ? ਆ ਉਹ ਲੋਕ ਨੀ ਹਸੀਅਤ ਇਲਾ ਫੀ ਸਿਰਰੀ ਵਲ ਅਲਾਨੀਆ, ਤਨਹਾਈ 'ਚ ਵੀ ਡਰਦੇ ਨੇ, ਹਰ ਵੇਲੇ ਅੱਲਾ ਕੋਲੋਂ ਪੈ ਡਰਦੇ ਨੇ। ਆਂਦਾ ਤੇਰੇ ਮਾਲਕ ਨੂੰ ਕਿਹੜਾ ਪਤਾ ਲੱਗਣਾ ਏਡਾ ਵੱਡਾ ਅਈੜੇ ਕਿ ਬੱਕਰੀ ਗਾਇਬ ਹੋ ਗਈ। ਆਂਦੇ ਨੇ ਅਗਰ ਪਤਾ ਲੱਗ ਵੀ ਜਾਵੇ ਤੇ ਜਿੱਡਾ ਨੇਕ ਬੰਦਾ ਏ ਆਖੀ ਬਗਿਆੜ ਖਾ ਗਿਆ ਯਕੀਨ ਕਰ ਜਾਏਗਾ। ਆਂਦਾ ਹਜ਼ਰਤ ਜੀ ਨਹੀਂ ਨਹੀਂ ਇੰਜ ਵੀ ਨਹੀਂ ਹੋ ਸਕਦਾ, ਪਰ ਉਹ ਜਿਵੇਂ ਤੁਸੀਂ ਆਂਦੇ ਐਵੇਂ ਵੀ ਠੀਕ ਏ। ਮੈਂ ਆਪਣੇ ਮਾਲਕ ਨੂੰ ਪਤਾ ਨਹੀਂ ਲੱਗੇਗਾ, ਜੇ ਲੱਗਿਆ ਤੇ ਮੈਂ ਆਖਾਂਗਾ ਬਗਿਆੜ ਖਾ ਗਿਆ ਏ, ਮੇਰੀ ਗੱਲ ਤੇ ਯਕੀਨ ਕਰ ਜਾਏਗਾ। ਪਰ ਇੱਕ ਗੱਲ ਤੇ ਮੈਨੂੰ ਸਮਝਾਓ, ਮੇਰੇ ਮਾਲਕ ਨੂੰ ਤੇ ਨਹੀਂ ਪਤਾ ਲੱਗੇਗਾ, ਪਰ ਅਰਸ਼ ਦਾ ਮਾਲਕ ਕਿੱਥੇ ਜਾਏਗਾ? ਆਂਦਾ ਫਅਨਾ ਅਈਨ ਅੱਲਾਹ ਇਨ ਅੱਲਾਹ ਕਾਨ ਅਲੈਕੁਮ ਰਕੀਬਾ ਇਨ ਅੱਲਾਹ ਲਾ ਯਖਫਾ ਅਲੈਹਿ ਸ਼ਈਉਨ ਫਿਲ ਅਰਦਿ ਵਲਾ ਫਿਸ ਸਮਾ। ਜਿਹਦੇ ਕੋਲੋਂ ਕੋਈ ਵੀ ਸ਼ੈ ਪੁਸ਼ੀਦਾ ਨਹੀਂ, ਉਹ ਮੇਰਾ ਮਾਲਕ ਕਿੱਥੇ ਜਾਏਗਾ? ਆਂਦਾ ਵੀ ਉੱਥੇ ਤਾਂ ਦਾ ਲੱਗਦਾ ਨਹੀਂ ਯਾਰ, ਇਹ ਨਹੀਂ ਖਸ਼ੀਅਤ ਅੱਲਾ ਜਿਹੜੇ ਹਰ ਵੇਲੇ ਰੱਬ ਕੋਲੋਂ ਡਰਦੇ ਨੇ। ਸਰਕਾਰਾਂ ਨੇ ਤਿੰਨ ਕੰਮ ਕਰੇਗਾ, ਕਿੰਨੇ ਕੰਮ ਹੋ ਗਏ? ਥੱਕ ਗਏ ਜੇ ਕਿ ਅੱਕ ਗਏ ਜੇ? ਹੈਂ ਤੁਸੀਂ ਅੱਗੇ ਕਿੰਨੇ ਖਰੇ ਮੌਲਵੀ ਭੁਗਤਾਈ ਹਲੇ ਜੇ ਮੈਂ ਤਾਂ ਆਉਣਾ ਹੈ। ਖੈਰ ਮੈਂ ਜਿਹੜੀ ਗੱਲ ਕਰ ਰਿਹਾ ਕਿ ਉਹਨੇ ਆਖਿਆ ਭਾਅ ਜੀ ਇੰਝ ਨਹੀਂ ਹੁੰਦਾ, ਉਹਨੇ ਵੀ ਉਹਨੂੰ ਕਿਹੜਾ ਪਤਾ ਲੱਗਣਾ ਆਖੀ ਬੁਗਿਆੜ ਖਾ ਗਿਆ, ਜਿਵੇਂ ਸੱਕੇ ਭਰਾ ਦੋ ਆ ਕਿਸੇ ਨੂੰ ਮਾਝੀ ਦੇ ਦਿਓ ਹਿੱਸੇ 'ਤੇ, ਅਤੇ ਜੇ ਉਹ ਵਾਹਵਾ ਦੂਰ ਰਹਿੰਦਾ ਉਹਨੇ ਫੋਨ ਕਰਨਾ ਯਾਰ ਉਹ ਅਗਲੇ ਦਿਨ ਉਂਝ ਮਰ ਮੁਰ ਗਈ ਹੈ। ਉਹਨੇ ਹੋਇਆ ਕੀ? ਉਹਨੇ ਪਤਾ ਨਹੀਂ ਬੰਨ ਨਹੀਂ ਪਿਆ, ਮੁੜ ਤੇ ਉੱਠੀ ਹੀ ਨਹੀਂ ਤੀ, ਭਾਵਾਂ ਵੇਚ ਲਈ ਹੋਵੇ ਉਹਨੂੰ ਜਨਾਬ ਫੋਨ ਕਰਕੇ ਉਹ ਨਿਆਣਾ ਮਰ ਗਈ ਜੇ। ਇੱਥੇ ਤਾਂ ਐਡੇ ਦੀਨਦਾਰ ਬੰਦੇ ਨੇ, ਦਿਆਨਤਦਾਰ ਬੰਦੇ ਨੇ, ਇੱਥੇ ਤਾਂ ਬੱਕਰੀ ਐਡੀ ਕੁ ਹੋਵੇ ਉਹਦੇ ਬਾਰੇ ਵੀ ਕਹਾਣੀ ਫਿੱਟ ਕਰ ਦੇਣ ਦੇ, ਕੋਈ ਨਾ ਕੋਈ ਸੱਕੇ ਭਰਾ ਦੋ ਹਿੱਸਾ ਪਾ ਲੈਣ, ਤਾਂ ਦੂਜਾ ਡਿਊਟੀ ਦਿੰਦਾ, ਦੂਜਾ ਸਾਦਾ ਜਿਹਾ ਪਿੰਡ ਰਹਿੰਦਾ, ਉਹਨੇ ਆਉਣਾ ਭਾਈ ਪਤਾ ਹੀ ਨਹੀਂ ਲੱਗਾ, ਘਾਟਾ ਹੀ ਪੈ ਗਿਆ। ਯਾਨੀ ਸਾਡੇ ਅੰਦਰ ਤਾਂ ਇਮਾਨਦਾਰੀ ਦੀ ਗੱਲ ਹੀ ਨਹੀਂ, ਅਸੀਂ ਤਾਂ ਜੇ ਅੱਲਾ ਕੋਲੋਂ ਡਰਨ ਵਾਲੇ ਹੀ ਨਹੀਂ। ਤਾਂ ਮੈਂ ਆਉਂਦਾ ਹੁੰਦਾ ਵੀ ਇਸ ਦੌਰ 'ਚ ਨੇਕ ਉਹ ਇਹ ਜਿਹਦਾ ਹੱਥ ਨਹੀਂ ਅਪੜਿਆ ਉਹ ਨੇਕ ਜੇ, ਅਤੇ ਜਿਹਦਾ ਅਪੜਿਆ ਨਹੀਂ ਉਹਨੇ ਛੁਰਾ ਫੇਰਿਆ ਨਹੀਂ, ਫਿਰ ਬਚਿਆ ਨਹੀਂ ਬੰਦਾ। ਅੰਦਰ ਤਵੱਜੋ ਕਰੋ, ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦੁਨ ਰਸੂਲੁਲਲਾਹ ਸੱਲੱਲਾ ਸੱਲਮ ਨੇ ਫਰਮਾਇਆ ਹੈ, ਸਰਕਾਰੇ ਮਦੀਨਾ ਨੇ ਫਰਮਾਇਆ ਹੈ। ਮੈਂ ਜਨਾਬ ਨੌਵੀਂ ਚੀਜ਼ ਜ਼ਿਕਰ ਕਰ ਰਿਹਾ, ਇੱਕੋ ਹੀ ਹਦੀਸ ਦੀ ਥੋੜ੍ਹੀ ਜਿਹੀ ਵਜ਼ਾਹਤ ਕਰ ਰਿਹਾ ਵਾਂ। ਮੇਰੇ ਨਬੀ ਨੇ ਇੱਕੋ ਹੀ ਹਦੀਸ 'ਚ 12 ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਨਬੀ ਪਾਕ ਨੇ ਤਿੰਨ ਚੀਜ਼ਾਂ ਇੰਜ ਦੀਆਂ ਨੇ ਜਿਹੜੀਆਂ ਬੰਦੇ ਨੂੰ ਨਿਜਾਤ ਦੇ ਦਿੰਦੀਆਂ ਨੇ।
सरकारे मदीना ने जे फैसला करें खुशी दी हालत दे अंदर या गुस्से दे अंदर ते फैसला ठीक करी जज्बात च गलत गल ना कडबम। वाह वाह पुरानी गल को 10 साल 11 साल मैं एक थान तकरीर की थी ते कई मेरे तो पहले एक हजरत साहब लगे वो हजरतां नूं भी फिर रब ही समझांदे उन्हें ना अल्लाह के बारे नक्शा खिंचया अल्लाह के बारे हूँ अल्लाह के बारे भी बंदा पूछे नक्शा खिंचया जा सकता हूँ आपकी रौच है वह गल्ला यह समझाता से भी ये समझने खरे रब नूं पता नहीं लगना। अच्छा रब नूं पता नहीं लगना कोई मिसाल बंदा चज दी दे उन्हें आख्या ये समझने भी रब खरे बुढ़ा बाबा जो होगा इंज अखा थले आवन दियाँ आ बिरबिटे इं आवन दे रब नूं कड़ा दिसना है अभी हौली जी चा चक चकानी देते इंजन लंघ जाना रब को नज़र आमना उन्हें जो रब का उलिया बयान किया ना तो मैनू तो को खून खोले मैं भी इंजा मैं करा की भी इन वेखो बंदा पूछे और रब बारे भी इंजा नक्शा बयान करी दे ओ मेरा मालिक ओए ला मिसल लहू वला मिसाल लहू जिदी मिसल भी कोई नहीं जिदा मिसाल भी कोई नहीं वलम यकुल लहू कुफुवन अहद मेरा रब वो है कि जिदा बराबर कोई भी नहीं है लैसा कमिसलिही शै मेरा अल्लाह ओ है जिदी मिसाल कायनात च है ही कोई नहीं। ते जे कोई मिसाल देवे ते फिर उंदी कोई लिटरेशन होवन वाली लगदा जो कुरान आता अल्लाह का दुनिया अल्लाह का ओ अल्लाह का मैं तुम्हें बनाया ले सकमिसली सही मेरे वर्गी कोई है नहीं। इमाम इब्ने तैमिया ने वैसे बड़ी चंगी गल समझाई गल होर पास ने टुर पै कहते भी जन्नत च हूर हैगी कि नहीं जन्नत च हूर है कि नहीं तो भी चाहिए ना कि नहीं मुड़को अल्लाह अल्लाह करया करो लभण दी इंशाला तो कहते ने भी जन्नत की हूर है जन्नत च शराब भी हैगी कि नहीं इतने गंदिया गंदिया पीते ने बंदे उन्जी मर जाते हैं शराबन तो हूरा बाबा जी आते हैं अल्लाह इन्होंने भी नसीब फरमाए। अच्छा शराब इमाम इब्ने तैमिया आते ने दुनिया च किनिया शराबा बन दया ने कोई ऐसी शराब इंपोर्टेड तो बंदा मिसाल दे भाई आ शराब जन्नत की शराब वर्गी है कहते ने जन्नत की शराब की इतने दुनिया च मिसाल कोई नहीं कोई हैगी दिखाओ कहते इतने कई उसीना फस्ट आ दी ना भी ये पूरी दुनिया च फस्ट आई है चिफड़ जी वो जी आने फस्ट आई आख्या जी एडी गुलंगूर जी ये फस्ट आई है मुकाबला हुसन च तो क्या तुम उनकी मिसाल दे सकते हो भी जी ए वे ये जन्नत की हूर वर्गी वो इमाम इब्ने तैमिया आते वेखो वह हूर मखलूक है हूर मखलूक है शराब अल्लाह की मखलूक है कहते जी उन्हें मखलूक पैदा की है जन्नत के अंदर शराब है ऊर है उनकी दुनिया से मिसाल कोई नहीं तुम वो खालक की मिसाल किमें पेश कर दी पैदा की मखलूक की कोई मिसाल नहीं। अजय साढ़े पाकिस्तान से कई जय लाते हैं मौलवी जी कोठे से चढ़ना हो पौड़ी लावनी पी रब न कोठा बना दें खुदा दा खौफ कर बेला तो मतलब तेन कोठा कुछ अपने प्यो न बना जात इवें भी गलत मिसाल भी चजती नहीं लभती भी कोई चज की मिसाल दे दे कमाल गल कर दो अल्लाह का कोई कदरों कीमत नहीं मां कदर अल्लाह हक कदर ही तो खैर जी बात मैं कर रहा बाद मैं बिच वजात कर दी तो मौलवियों ने फिर गुस्सा लगता है एवं वेले भी गलत गल करी जाओ तो ठीक है जो कोई माड़ी जी सलाह करो गुस्सा उल्टा कर खड़ोदे अहे जो तुम मैं कल्याण आख देना सी वखरे तो मैं तो इन्ना बंद दिमाग खराब किया मैं वखरा किमें आख देता इमामे कायनात मुहम्मद रसूलुल्लाह इमामे कायनात तबीबे किबरिया मुहम्मद रसूलुल्लाह सल्लल्लाहु अलैहि वसल्लम ने फरमाया है सरकारे मदीना ने फरमाया वे तेरे ते मेरे महबूब पैगंबर ने फरमाया वे सरकारे दुआलम ने फरमाया वे तीन काम इंज दे ने जड़े बंदे नु निजात दे देंदे ने नबी पाक ने खुशी अंदर होवे या गुस्से च होवे इंसाफ दा तराजू कायम रखी निजात पा जाएगा सरकारे मदीना ने गरीबी होवे अमीरी होवे दरमियानी राह रखी निजात पा जाएगा ते सरकारे मदीना ने जनाब कल्ला होवे लोकां दे सामने होवे ओना ही अल्लाह कोलों कल्ला डरे ते ओना ही ओथे डरे ते निजात पा जाएगा। और सरकारे मदीना मुहम्मद रसूलुल्लाह मैं कई बार जिवें अपने पाकिस्तानी कई मसीते बड़ा रब कोलों डरदे ने इत्थे कुछ होर गाल देवे दे जे बजुर्ग पता की आंदे ने हां छोरो मसीते गाल नहीं देईदियां ते बाहर देईदियां ने बंदा पूछे भी बहर आला रब हो रहे तो मसीत आला हो रहे कोई ये तो मैंने अज तक समझ
ਆ ਛੋਰੋ ਮਸੀਤੇ ਚੁਗਲੀਆਂ ਨਹੀਂ ਕਰੀਦੀਆਂ, ਗਲੀ 'ਚ ਕਰੀਦੀਆਂ ਨੇ। ਮਸੀਤੇ ਕੀਮਤ ਨਾ ਕਰਿਆ ਕਰੋ, ਬਾਹਰ ਕਰਿਆ ਕਰੋ। ਕਿਹੜਾ ਉੱਥੇ ਰੱਬ ਵੇਖਦਾ? ਵੀ ਜਿਹੜਾ ਰੱਬ ਮਸੀਤੇ ਵੇਖਦਾ ਭਾਅ ਜੀ, ਉਹ ਬਾਹਰ ਵੀ ਵੇਖਦਾ। ਇਹ ਗੱਲ ਨੂੰ ਸਮਝੋ। ਇਮਾਮੇ ਕਾਇਨਾਤ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦ ਰਸੂਲੁੱਲਾਹ। ਖੁਸ਼ੀ ਦੀ ਮੈਂ ਮਿਸਾਲ ਤਾਂ ਦਿੱਤੀ। ਹੁਣ ਅੱਜ ਕੱਲ੍ਹ ਵਿਆਹ ਕਿੰਨੇ ਹੁੰਦੇ ਪਏ ਨੇ, ਰਾਹ 'ਚ ਰਾਹ ਹੀ ਨਹੀਂ ਲੱਭਦਾ। ਵਿਆਹ ਹੀ ਵਿਆਹ, ਵਿਆਹ ਹੀ ਵਾਹ, ਜਿੱਥੇ ਵੇਖੋ ਜਿਹੜੇ ਸ਼ਾਦੀ ਹਾਲ, ਵਿਆਹ ਹੀ ਵਿਆਹ। 2 ਮਹੀਨਿਆਂ 'ਚ ਇੰਨਾ ਰਸ਼ ਪਿਆ ਵੀ ਹਰੇ 2 ਮਹੀਨਿਆਂ ਤੋਂ ਬਾਅਦ ਕਿਆਮਤ ਕਿਸੇ ਦੀ ਵਾਰੀ ਆਵੇ ਕਿ ਨਾ ਆਵੇ, ਉਹਨਾਂ ਸਾਰੇ ਉਹਨੇ ਕਰ ਲਓ। ਇੰਨੀਆਂ ਸ਼ਾਦੀਆਂ ਨੇ। ਅਤੇ ਹੁਣ ਖੁਸ਼ੀ 'ਚ ਕਈ ਬੰਦੇ, ਹੁਣ ਵਿਆਹ ਹੋਵੇ ਨਾ, ਜਿੱਦਾਂ ਉਹ ਨਮਾਜ਼ਾਂ ਹੀ ਨਹੀਂ ਪੜ੍ਹਦਾ, ਹੁਣ ਵਿਆਹ 'ਤੇ ਵੀ ਨਮਾਜ਼ਾਂ ਪੜ੍ਹੀਏ ਅਸੀਂ? ਵਿਆਹ 'ਤੇ ਨਮਾਜ਼ਾਂ 'ਚ ਛੁੱਟੀ ਹੋਣੀ ਚਾਹੀਦੀ। ਅਤੇ ਕਈ ਵਿਆਹ 'ਚ ਬੁੜੀ ਨੂੰ ਮੁੜ ਸੋਹਣੇ ਬਣਾਉਣ ਲਈ ਉਂਝ ਮੂੰਹ ਸ਼ੂੰਹ ਵਿਚਾਰੇ ਵੀ ਬਣਾਈ ਬਣਾਈ ਫਿਰਦੇ ਹੁੰਦੇ ਨੇ, ਜਿਹਦੀ ਵਾਹਵਾ ਦਾੜੀ ਉਹ ਸੈੱਟ ਸੂਟ ਕਰਾਈ ਫਿਰਦਾ ਹੁੰਦਾ, ਜਿਹਦੀ ਸੈੱਟ ਸੂਟ ਹੁੰਦੀ ਉਹ ਕਲੀਨ ਸ਼ੇਪ 'ਤੇ ਹੀ ਅਪੜਿਆ ਹੁੰਦਾ। ਖੁਸ਼ੀ 'ਚ ਆ ਕੇ ਦੁਆ ਕਰੋ ਅੱਲਾ ਰੱਖਣ ਦੀ ਤੋਫੀਕ ਦੇ। ਉਹ ਜੇ ਮੁੰਡੇ ਦਾ ਨਵਾਂ ਨਵਾਂ ਵਿਆਹ ਹੋਇਆ ਨਾ, ਤਾਂ ਕਈ ਉਹ ਨਾਈਆਂ ਕੋਲੋਂ ਧਾਗੇ ਧੁੱਗੇ ਫਰਾ ਅਤੇ ਗੱਲਾਂ ਰੱਤੀਆਂ ਰੁੱਤੀਆਂ ਕਰ ਲੈਂਦੇ ਨੇ, ਅਤੇ ਕਲੀਨ ਸ਼ੇਪ ਇੱਕ ਹੁੰਦਾ, ਇੱਕ ਹੈਗਾ ਕਲੀਨ ਸ਼ੇਪ। ਜਿਸ ਕੁੜੀ ਨਾਲ ਹੁੰਦਾ ਵਿਆਹ ਹੋ ਗਿਆ, ਉਹ ਗੱਲਾਂ ਵਾਲੀ ਸੀ, 4 ਸਾਲ ਮਦਰਸੇ ਪੜ੍ਹੀ ਸੀ। ਇਹ ਹੁਣ ਉਹਨੂੰ ਸੋਹਣਾ ਬਣ ਬਣ ਵਹਾਵੇ ਧਾਗੇ ਧੁੱਗੇ ਫੇਰ ਅਤੇ ਇੱਕ ਦਿਨ ਜਿੱਦਣ ਵਾਹਵਾ ਛਿੱਲਿਆ ਸੀ ਨਾ ਮੂੰਹ ਸਿਰ ਹੁੰਦਾ ਵਾਹਵਾ, ਅਤੇ ਉਹਨੂੰ ਯਾਦ ਆਉਂਦਾ ਮੈਂ ਕਿਵੇਂ ਲੱਗਣਾ। ਉਹਨੇ ਆ ਵੀ ਤੂੰ ਉੱਤੇ ਚੁੰਨੀ ਲੈ ਲਵੇਂ ਅਤੇ ਆਪਾਂ ਦੋਵੇਂ ਭੈਣਾਂ ਹੀ ਲੱਗਣੀਆਂ, ਵੀ ਤੂੰ ਆਪਦੀ ਸ਼ਕਲ ਤਾਂ ਵੇਖ ਪਹਿਲਾਂ। ਉਹਨੇ ਆ ਵੀ ਤੂੰ ਕਮ ਸੇ ਕਮ ਇੱਕ ਨਬੀ ਪਾਕ ਦੀ ਤੋਹੀਨ ਕੀਤੀ, ਉੱਤੋਂ ਮੈਨੂੰ ਆਪਦੇ ਪੁੱਛਣਾ ਪਿਆ ਮੈਂ ਕਿਵੇਂ ਦਾ ਲੱਗਣਾ। ਉਹਨੇ ਆ ਵੀ ਜੇ ਜੀ ਮੈਂ ਆ, ਤੂੰ ਉੱਤੇ ਚੁੰਨੀ ਲੈ ਲਈ, ਇਹ ਜੀ ਆਪਾਂ ਦੋਵੇਂ ਭੈਣਾਂ ਹੀ ਲੱਗਣੇ ਆ। ਫਿਰ ਇਮਾਮੇ ਕਾਇਨਾਤ ਮੁਹੰਮਦ ਰਸੂਲੁੱਲਾਹ, ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਤੇ ਮੈਂ ਆਖਰੀ 3 ਲਫ਼ਜ਼ ਜ਼ਿਕਰ ਕਰਨ ਲੱਗਾ ਵਾਂ, ਜ਼ਰਾ ਤਵੱਜੋ ਫਰਮਾਉਣਾ। ਮੈਂ ਅਰਜ਼ ਕੀਤਾ, ਮੇਰੇ ਨਬੀ ਨੇ ਫਰਮਾਇਆ 3 ਚੀਜ਼ਾਂ ਗੁਨਾਹਾਂ ਦਾ ਕਫਾਰਾ ਬਣਦੀਆਂ ਨੇ, 3 ਚੀਜ਼ਾਂ ਦਰਜੇ ਬੁਲੰਦ ਕਰਦੀਆਂ ਨੇ, 3 ਚੀਜ਼ਾਂ ਨਿਜਾਤ ਦੇ ਦਿੰਦੀਆਂ ਨੇ, ਔਰ 3 ਚੀਜ਼ਾਂ ਮੇਰੇ ਨਬੀ ਪਾਕ ਨੇ ਫਰਮਾਇਆ ਬੰਦੇ ਨੂੰ ਹਲਾਕ ਅਤੇ ਤਬਾਹੋਂ ਬਰਬਾਦ ਕਰ ਦਿੰਦੀਆਂ ਨੇ। ਸਰਕਾਰ ਆਂਦੇ ਨੇ ਵਾ ਅਮਲ ਮੁਹਲਿਕਾਤ, ਆ 3 ਚੀਜ਼ਾਂ ਜਿਹੜੀਆਂ ਹਲਾਕ ਕਰ ਦੇਣ ਵਾਲੀਆਂ ਨੇ। ਸਰਕਾਰ ਆਂਦੇ ਨੇ ਫਸੁਹੁਨ ਮੁਤਾਉਨ, ਐਸੀ ਕੰਜੂਸੀ ਜਿਹਦਾ ਪਿੱਛਾ ਕੀਤਾ ਜਾਵੇ। ਅੱਲਾ ਰਿਜ਼ਕ ਵੀ ਦੇਵੇ, ਰੋਜ਼ੀ ਵੀ ਦੇਵੇ, ਫਿਰ ਵੀ ਬੰਦਾ ਕੰਜੂਸ ਹੋਵੇ। ਐਡਾ ਕੰਜੂਸ ਕਿਸੇ ਨੂੰ ਰੁਪਈਆ ਵੀ ਨਹੀਂ ਦੇ ਸਕਦਾ, ਸਦਕਾ ਵੀ ਨਹੀਂ ਕਰ ਸਕਦਾ, ਖਿਰਾਤ ਵੀ ਨਹੀਂ ਕਰ ਸਕਦਾ, ਜਾਂ ਕਿਸੇ ਦੇ ਕੰਮ ਵੀ ਨਹੀਂ ਆ ਸਕਦਾ। ਨਬੀ ਪਾਕਾਂ ਨੇ ਇਹੋ ਜਿਹਾ ਕੰਜੂਸ ਹੋਵੇ, ਜਦੋਂ ਕੰਜੂਸੀ ਦੀ ਹੱਦ ਹੋਵੇ, ਇਹ ਬੰਦੇ ਨੂੰ ਤਬਾਹੋਂ ਬਰਬਾਦ ਕਰ ਦਿੰਦੀ ਹੈ। ਨਬੀ ਪਾਕ ਨੇ ਵਾ ਹਵਨ ਮੁਤਾਬਾਉਨ, ਹਾਸ ਪ੍ਰਸਤੀ ਇੰਨੀ ਹੋਵੇ, ਆਪਣੀ ਤਬੀਅਤ ਦੀ ਮੰਨੇ, ਆਪਣੇ ਨਫਸ ਦੀ ਮੰਨੇ, ਆਪਣੇ ਦਿਲ ਦੀ ਮੰਨੇ, ਨਾ ਨਬੀ ਦੀ ਮੰਨੇ, ਨਾ ਅੱਲਾ ਦੀ ਮੰਨੇ, ਜੋ ਦਿਲ 'ਚ ਆਵੇ ਉਹ ਮੰਨੇ, ਇੰਜ ਦਾ ਬੰਦਾ ਵੀ ਹਲਾਕ ਹੋ ਜਾਂਦਾ ਹੈ। ਔਰ ਕੰਜੂਸੀ ਦੀ ਹੱਦ ਕਰੇ ਹਲਾਕ ਹੋ ਜਾਂਦਾ ਹੈ। ਆ ਨਿਸਾਈ ਸ਼ਰੀਫ 'ਚ ਲਿਖਿਆ ਵਾ ਅਨ ਅਬੀ ਹੁਰੈਰਾ ਤਾਂ ਕਾਲ ਕਾਲ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ, ਸਰਕਾਰੇ ਮਦੀਨਾ ਨੇ ਇਜ਼ਤਾਨੀ ਬੂ ਸਬੁਲ ਮੂਬਿਕਾਤ, ਨਬੀ ਪਾਕ ਨੇ 7 ਚੀਜ਼ਾਂ ਬੰਦੇ ਨੂੰ ਹਲਾਕ ਕਰ ਦਿੰਦੀਆਂ ਨੇ। ਅਲ ਇਸਰਾਕੁ ਬਿੱਲਾ, ਨਬੀ ਪਾਕ ਨੇ ਇੱਕ ਤੇ ਅੱਲਾ ਨਾਲ ਸ਼ਿਰਕ ਕਰਨਾ, ਫਸੁਖੁਨ, ਦੂਸਰੇ ਨੰਬਰ ਤੇ ਸਰਕਾਰ ਆਂਦੇ ਨੇ ਕੰਜੂਸੀ ਕਰਨਾ। ਅੱਛਾ, ਇੱਕ ਤਾਂ ਹੁੰਦਾ ਨਾ ਕਿਸੇ ਅਗਲੇ ਲਈ ਕੰਜੂਸ ਹੋਵੇ, ਕਈ ਇਹ ਅੱਲਾ ਦੇ ਵਲੀ ਹੁੰਦੇ ਨੇ ਆਪਦੇ ਆਪ ਲਈ ਵੀ ਕੰਜੂਸ ਹੁੰਦੇ ਨੇ, ਵੀ ਰੱਬ ਨੇ ਦਿੱਤਾ ਚੰਗੇ ਕੱਪੜੇ ਨਹੀਂ ਪਾਉਣੇ, ਲਗਾ ਆਉਂਦਾ ਤਾਂ ਇੰਝ ਹੀ ਲੱਗਦਾ ਜਿਵੇਂ ਇਹਨੂੰ ਜ਼ਕਾਤ ਲੱਗਦੀ ਸਾਰੇ ਪਿੰਡ 'ਚ। ਕਈ ਬੰਦੇ ਇਹ ਜਿਹੇ ਹੁੰਦੇ ਨੇ ਵੀ ਰੱਬ ਨੇ ਚੰਗਾ ਦਿੱਤਾ, ਕੋਈ ਕੱਪੜੇ ਤਾਂ ਚੱਜਦੇ ਪਾ ਲਾ, ਕੋਈ ਜੁੱਤੀ ਚੱਜਦੀ ਪਾ ਲਾ। ਐਡਾ ਵੀ ਬੰਦਾ ਕੰਜੂਸੀ ਹੋਵੇ ਕਿ ਚਲੋ ਦੂਜਿਆਂ ਲੋਕਾਂ ਲਈ ਕੰਜੂਸ ਨੇ, ਆਪਦੇ ਲਈ ਤਾਂ ਕੋਈ ਸਖੀ ਬਣ ਜਾ। ਉਹ ਸਿਆਬਾ ਨੇ ਆਖਿਆ, ਸਰਕਾਰ ਇਹ ਸੋਹਣੀ ਜੁੱਤੀ ਪਾਵਣੀ ਅਤੇ ਸੋਹਣੇ ਕੱਪੜੇ ਪਾਵਣੇ, ਕੋਈ ਤਕੱਬਰ ਤਾਂ ਨਹੀਂ ਦਾ? ਅਤੇ ਮੇਰੇ ਮਹਿਬੂਬ ਆਂਦੇ ਨੇ ਇਨ ਅੱਲਾਹ ਜਮੀਲੁਨ ਯੁਹਿੱਬੁਲ ਜਮਾਲ, ਅੱਲਾ ਖੂਬਸੂਰਤ ਹੈ, ਖੂਬਸੂਰਤੀ ਨੂੰ ਰੱਬ ਪਸੰਦ ਕਰਦਾ। ਹੁਣ ਕਈਆਂ ਨੂੰ ਰੱਬ ਨੇ ਇਹ ਆਇਆ ਦਿੱਤਾ ਹੁੰਦਾ, ਸਾਰਾ ਟੱਬਰ ਇੱਕ ਆਂਡੇ ਨਾਲ ਹੀ ਰੋਟੀ ਖਾ ਲੈਂਦੇ ਨੇ, ਗੰਢੇ ਪਾ ਤੇ, ਯਕੀਨ ਜਾਣੋ। ਵੀ ਮਤਲਬ ਐਡੀ ਵੀ ਕੋਈ ਕੰਜੂਸੀ ਹੁੰਦੀ ਬੰਦੇ ਨੂੰ? ਅੱਲਾ ਨੇ ਅਗਰ ਦਿੱਤਾ ਖਾਣਾ ਤਾਂ ਚੰਗਾ ਖਾ ਲਓ, ਕਿੱਥੇ ਨਾਲ ਲੈ ਜਾਓ ਦੇ? ਵੀ ਕਈ ਐਸੇ ਅੱਲਾ ਦੇ ਵਲੀ ਨੇ ਜਿਹੜੇ ਆਪਦੇ ਆਪ ਲਈ ਕੰਜੂਸ ਨੇ, ਦੂਜੇ ਲਈ ਤਾਂ ਉਹਨੇ ਆਉਣਾ, ਕਿਸੇ ਗਰੀਬ ਨੂੰ ਉਹਨੇ ਕੀ ਦੇਣਾ? ਅਤੇ ਇੱਕ ਗੱਲ ਮੇਰੀ ਯਾਦ ਰੱਖਿਆ, ਜਦੋਂ ਅਸੀਂ ਦਿੰਦੇ ਹਾਂ ਨਾ, ਅਸੀਂ ਕਿਹੜਾ ਕੋਲੋਂ ਦੇਣਾ,
ਉਹਦੇ ਦਿੱਤੇ 'ਚ ਵੀ ਦੇਣਾ। ਆਪਾਂ ਕਿਹੜਾ ਨੋਟਾਂ ਵਾਲੀਆਂ ਮਸ਼ੀਨਾਂ ਲਾਈਆਂ ਨੇ। ਮੈਂ ਅਕਸਰ ਭਾਈਆਂ ਨੂੰ ਆਹਨਾ ਹੁੰਦਾ ਕਿ ਵੇਖੋ ਸਦਕਾ ਕਰਿਆ ਕਰੋ ਰੋਜ਼, ਭਾਵੇਂ 10 ਰੁਪਈਏ ਹੀ ਕਰਿਆ ਕਰੋ, ਉਹ 10 ਰੁਪਏ ਦੀਆਂ ਬਰਕਤਾਂ ਇੰਨੀਆਂ ਨੇ। ਰੋਜ਼ ਦੀ ਰੂਟੀਨ ਹੋਵੇ ਨਾ ਭਾਵੇਂ 10 ਦੀ, ਤੁਸੀਂ ਹੈਰਾਨ ਹੋ ਜਾਓ। ਸਦਕੇ ਦੀ ਬੰਦੇ ਨੂੰ ਆਦਤ ਹੋਣੀ ਚਾਹੀਦੀ, ਤੁਸੀਂ ਆਪ ਪਾਓ ਤਾਂ ਤੁਹਾਡੇ ਬਾਲਾਂ ਨੂੰ ਵੀ ਆਦਤ ਪੈ ਵੀ ਦੇਣ ਵਾਲਾ ਵੀ ਕੋਈ ਸਿਸਟਮ ਹੈਗਾ, 24 ਘੰਟੇ ਇੰਝ ਹੀ ਨਾ ਰੱਖੋ, ਇਹ ਵੀ ਆਦਤ ਹੋਣੀ ਚਾਹੀਦੀ। ਹੁਣ ਕਈ ਬੰਦੇ ਇਹ ਜਿਹੇ ਹੁੰਦੇ ਨੇ, ਉੱਥੇ ਕੋਈ ਠੀਕ ਮੁੜ ਚੌਕ 'ਚ ਲੱਗ ਜਾਓ, ਵਿਚਾਰਾ ਆਉਂਦਾ ਭਾਅ ਜੀ ਰੋਟੀ ਖਾਣੀ 20 ਰੁਪਈਏ ਦੇ ਦਿਓ, ਇਹ ਅੱਗੋਂ ਪਤਾ ਚੁੱਪ ਕਰਕੇ ਇਹਨੂੰ ਹੋ ਗਿਆ, ਅਤੇ ਜੇ ਮੇਰੇ ਰੰਗਾ ਕੋਲ ਟੱਪਰ ਗਿਆ ਤਾਂ ਦਿੱਤੇ ਨਹੀਂ ਅੱਲਾ ਦੇ ਬੰਦੇ, 20 ਦਾ ਕੀ ਉਹਨੇ ਰੋਟੀ ਖਾਣੀ ਸੀ। ਉਹਨੂੰ ਵੀ ਮੌਲਵੀ ਜੀ ਮੈਨੂੰ ਸ਼ਕਲੋਂ ਤਾਂ ਚਰਸੀ ਲੱਗਦਾ ਸੀ, ਮੈਂ ਤੂੰ ਸ਼ਕਲੋਂ ਮੈਨੂੰ ਨਜੂਮੀ ਲੱਗਣਾ, ਜਿਹੜਾ ਤੈਨੂੰ ਪਤਾ ਲੱਗ ਗਿਆ ਚਰਸੀ ਹੈ ਵੀ ਅੱਲਾ ਦੇ ਬੰਦੇ 'ਚ ਤੈਨੂੰ ਨਹੀਂ ਯਕੀਨ, ਉਹਨੂੰ ਉੱਥੋਂ ਰੋਟੀ ਲੈ ਕੇ ਦੇ ਤਾਂ ਉਹਦੇ ਕੋਲ ਬਹਾ ਕੇ ਬੁਰਕੀਆਂ ਖਵਾ, ਜਦੋਂ ਤੇਰੀ ਅੰਦਰ ਜਾਵੇ ਤੂੰ ਆਖੀ ਸ਼ੁਕਰ ਹੈ 20 ਲੱਗ ਤਾਂ ਗਏ ਨੇ ਮੇਰੇ ਕਿਤੇ। ਇਹ ਜੇ ਵੀ ਕੋਈ ਅਕਲ ਵਾਲੇ ਲੋਕ ਹੁੰਦੇ ਨੇ। ਇਮਾਮੇ ਕਾਇਨਾਤ ਮੁਹੰਮਦ ਰਸੂਲੁੱਲਾ ਤੋਂ ਬਾਅਦ ਹੀ ਕੰਜੂਸੀ ਬੰਦੇ ਨੂੰ ਹਲਾਕ ਕਰ ਦਿੰਦੀ। ਕੰਜੂਸ ਬੰਦਾ ਦੇਣਾ ਨਾ ਉਹ ਕਿਸੇ ਨਾ ਕਿਸੇ ਥਾਂ 'ਤੇ ਠੁੱਕ, ਹੁਣ ਕਈ ਬੰਦੇ ਜੇ ਉਹ ਬੜੀ ਕੰਜੂਸੀ ਕਰਕੇ ਪੈਸੇ ਜੋੜੇ ਹੁੰਦੇ ਨੇ, ਆ ਕਈ ਇਹ ਜੇ ਵਾਕੇ ਅਤੇ ਪੈਸੇ ਜੋੜੇ ਉਹਨਾਂ, ਤੇਰਾ ਪੁੱਤਰ ਅਸੀਂ ਪਹੁੰਚਾ ਦਿਆਂ ਤਾਂ ਜਰਮਨੀ, ਉੱਥੇ ਦੇ ਬੈਠਾ 9 ਲੱਖ, ਮੁੜੋ ਲੱਭਦਾ ਫਿਰਦਾ ਕਿੱਧਰ ਗਿਆ 9 ਲੱਖ, ਨਾ ਗਰੀਬ ਦੇ ਕੰਮ, ਨਾ ਅਗਲੇ ਦੇ ਕੰਮ, ਨਾ ਪਿਛਲੇ ਦੇ ਕੰਮ। ਇਹ ਜਾਣੂ ਕੰਜੂਸਾਂ ਨੂੰ ਅੱਲਾ ਫਿਰ ਇੰਝ ਹਲਾਕ ਕਰ ਦਿੰਦਾ ਜੀ, ਕਿਸੇ ਹੋਰ ਪਾਸੋਂ ਰੱਬ ਡੋਬ ਦਿੰਦਾ। ਅਤੇ ਜੇ ਤੁਸੀਂ ਭਾਈ ਆਦਤ ਪਾਈ ਹੋਵੇ ਨਾ 10 ਦੀ, ਤਾਂ ਅੱਲਾ ਤੈਨੂੰ ਡੁੱਬਣ ਨਹੀਂ ਦਿੰਦਾ। ਇਮਾਮੇ ਕਾਇਨਾਤ ਮੁਹੰਮਦ ਰਸੂਲੁੱਲਾ, ਇਮਾਮੇ ਕਾਇਨਾਤ ਤਬੀਬੇ ਕਿਬਰੀਆ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਸਰਕਾਰੇ ਮਦੀਨਾ ਨੇ ਫਰਮਾਇਆ ਵੇ, ਆਖਰੀ ਬਾਤਾਂ ਦਰਾ ਗੁਨਾਹਗਾਰ ਦੀਆਂ ਤਵੱਜੋ ਕਰ ਲੈਣ। ਮੇਰੇ ਨਬੀ ਪਾਕ ਨੇ ਫਰਮਾਇਆ ਵੇ, ਜਿਹੜਾ ਇੰਜ ਦਾ ਕੰਜੂਸ ਕੰਜੂਸੀ ਦਾ ਪਿੱਛਾ ਕਰਦਾ ਪਿਆ ਹੋਵੇ। ਸਹੀ ਬੁਖਾਰੀ ਸਹੀ ਮੁਸਲਮ ਵਅਨ ਅਬੀ ਹੁਰੈਰਤਾ ਕਾਲ ਕਾਲ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ, ਸਰਕਾਰੇ ਮਦੀਨਾ ਦੇ ਜਿਵੇਂ ਜਿਵੇਂ ਕਿਆਮਤ ਕਰੀਬ ਆਏਗੀ, ਯਤਕਾਰਬੁ ਜ਼ਮਾਨ, ਸਰਕਾਰ ਆਂਦੇ ਨੇ ਜ਼ਮਾਨਾ ਵੀ ਕਰੀਬ ਹੋ ਜਾਏਗਾ, ਵਕਤ ਛੇਤੀ ਛੇਤੀ ਗੁਜ਼ਰੇਗਾ। ਸਰਕਾਰ ਆਂਦੇ ਨੇ ਸਾਲ ਇੰਜ ਜਾਵੇ ਜਿਵੇਂ ਮਹੀਨੇ ਪੈ ਜਾਂਦੇ ਨੇ, ਮਹੀਨਾ ਹਫ਼ਤਿਆਂ ਦੀ ਤਰ੍ਹਾਂ ਜਾਵੇ ਤੇ ਹਫ਼ਤੇ ਦਿਨਾਂ ਦੀ ਤਰ੍ਹਾਂ ਜਾਵਣ, ਔਰ ਸਰਕਾਰੇ ਮਦੀਨਾ ਆਂਦੇ ਨੇ ਦਿਨ ਘੰਟਿਆਂ ਦੀ ਤਰ੍ਹਾਂ ਤੇ ਘੰਟਾ ਅੱਗ ਦੇ ਛੋਲੇ ਦੀ ਤਰ੍ਹਾਂ ਇੰਜ ਗਲੀ ਬਲੀ ਏ ਤੇ ਜਨਾਬ ਬੁਝ ਗਈ ਏ। ਨਬੀ ਪਾਕ ਆਂਦੇ ਨੇ ਜਿਵੇਂ ਯਤਕਾਰਬੁ ਜ਼ਮਾਨ ਵਯਨ ਕੁਸੁਲਮਲ, ਨਬੀ ਪਾਕ ਆਂਦੇ ਨੇ ਜਦੋਂ ਬਦ ਅਮਲੀ ਆਮ ਹੋ ਜਾਵੇ, ਅਮਲ ਘੱਟ ਜਾਵਣ, ਜ਼ਮਾਨਾ ਕਰੀਬ ਹੋ ਜਾਵੇ, ਵਯੁਲਕਸੁਹੁ, ਨਬੀ ਪਾਕ ਆਂਦੇ ਨੇ ਜਦੋਂ ਕੰਜੂਸੀ ਆਮ ਹੋ ਜਾਵੇ ਤੇ ਸਮਝ ਲਵੀਂ ਕਿਆਮਤ ਕਰੀਬ ਆ ਗਈ। ਸਰਕਾਰ ਆਂਦੇ ਨੇ ਕੰਜੂਸੀ ਦੀ ਅਖੀਰ ਵੀ ਕਿਆਮਤ ਦੀ ਨਿਸ਼ਾਨੀ, ਵਯੁਲਕਸੁਹੁ, ਜ਼ਮਾਨਾ ਕਰੀਬ ਹੋਣ, ਵੇਖੋ ਸਾਲ ਚੜ੍ਹਦਾ ਆਉਣਾ ਦੇ ਲੈ, ਇਹ ਤਾਂ ਸਾਲ ਮੁੱਕ ਵੀ ਗਿਆ ਪਤਾ ਹੀ ਕੋਈ ਨਹੀਂ ਲੱਗਾ, ਅਗਲੇ ਦਿਨ ਪਹਿਲੀ ਸੀ ਫਿਰ ਪਹਿਲੀ ਹੋ ਗਈ। ਸਰਕਾਰਾਂ ਨੇ ਜਦੋਂ 3 ਕੰਮ ਹੋਣਗੇ ਨੇ, ਯਤਕਾਰਬੁ ਜ਼ਮਾਨ ਵਯਨਕੁਸੁ ਅਲਅਮਲ ਵਯਲਕੁਸ਼ੁਹੁ, ਕੰਜੂਸੀ ਆਮ ਹੋ ਜਾਏ। ਹੁਣ ਕਿਸੇ ਗਰੀਬ ਨੂੰ ਦੇਣਾ ਹੋਵੇ ਤਾਂ ਕੋਈ ਨਹੀਂ, ਆ ਹੁਣ ਵੇਖ ਲਓ ਸ਼ਾਦੀਆਂ 'ਤੇ ਜਦ ਜਾਓ ਅਤੇ ਸਰਕਾਰ ਦੇ ਉਮਦੀ ਕਮਲੇ ਕੁੱਦੇ ਹੁੰਦੇ ਨੇ, ਆ ਸ਼ਾਦੀਆਂ 'ਤੇ ਅੱਗੇ ਹਈ ਪੈਸੇ ਸੜਦੇ ਨੂੰ ਤੂੰ ਹੀ ਦਫ਼ਤਰੀਆਂ ਫੜੀਆਂ ਨੇ ਠਾ ਇੰਝ ਸੱਟੀ ਆਉਂਦੇ। ਬੰਦਾ ਪੁੱਛੇ ਵੀ ਰੱਬ ਨੇ ਤੈਨੂੰ ਹਿਸਾਬ ਕੋਈ ਨਹੀਂ ਲੈਣਾ ਇਹਨਾਂ ਪੈਸਿਆਂ ਦਾ, ਵੀ ਕਿ ਗਰੀਬ ਨੂੰ ਤਾਂ ਦੱਸ ਨਹੀਂ ਦੇਣਾ, ਇੱਥੇ ਤੂੰ ਆਪਦਾ ਆਪ ਸ਼ੋਅ ਕਰਨ ਲਈ ਸੱਟੀ ਆਉਣਾ ਸੱਟੀ ਆਉਣਾ ਪੈਸੇ ਦੱਸ ਜਾ। ਆ ਕਿਹੜੇ ਸ਼ਾਦੀ ਹਾਲ 'ਚ ਹੁੰਦੇ ਨਨਕਾਹ, ਮੈਂ ਇੱਕ ਦਿਨ ਲਾਹੌਰ ਕਿਤੇ ਫਸ ਗਿਆ, ਤੁਹਾਨੂੰ ਪਤਾ ਲਾਹੌਰ ਦੇ ਨਿਕਾਹ ਤਾਂ ਮੁੜ ਰੱਬ ਮਾਫ਼ ਕਰੇ, ਉੱਥੇ ਤਾਂ ਪਰਦੇ ਪੁਰਦੇ ਵੀ ਕੋਈ, ਇੱਥੇ ਤਾਂ ਮਾੜਾ ਕੱਪੜਾ ਕੁਪੜਾ ਵਿੱਚ ਹੁੰਦਾ, ਉੱਥੇ ਅਗਲਾ ਸਫਾਟ ਹੀ ਲਾਇਆ ਹੁੰਦਾ, ਇੱਧਰ ਬੁੜੀਆਂ ਬੈਠੀਆਂ ਨੇ, ਇੱਧਰ ਬੰਦੇ ਬੈਠੇ ਨੇ। ਅੱਛਾ ਉੱਥੇ ਉਹ ਬੇਲੀ ਸੀ, ਉਹ ਤੂਤੀਆਂ ਵਾਜਿਆਂ ਵਾਲੇ ਜਿਹੜੇ ਸਾਡੇ ਕਈ ਮਾਸ਼ਾਅੱਲਾ ਸਰਕਾਰ ਦੇ ਗੁਲਾਮ ਕਦੀ ਕੁੱਦੇ ਹੋਵਣ ਤਾਂ ਵੇਖਿਆ ਕਰੋ, ਨਬੀ ਦੇ ਗੁਲਾਮ 'ਚ ਹੋਏ ਮੁੜੇ ਜਾ ਕੁੱਦਦੇ ਨੇ, ਮੁੜੇ ਨਾ ਵਰਗਾ ਕੋਈ ਕੁੱਦਦਾ ਭਲਾ। ਉਹਨੇ ਨਾ ਉਹਨਾਂ ਮੈਨੂੰ ਆਇਆ ਮੌਲਵੀ ਜਿਹੜਾ ਤੂਤੀ ਵਾਲਾ ਫਿਰਦਾ ਇਹ ਨਾ ਤੂਤੀ ਵਾਲਾ ਐਡੀ ਲੰਮੀ, ਉਹਦੇ ਕੋਲ ਕਾਲੇ ਜਿਹੇ ਰੰਗ ਦੀ ਤੂਤੀ ਸੀ, ਉਹਨੇ ਇਹ ਬੜੀ ਦੂਰੋਂ ਇਹਨਾਂ ਲਿਆਂਦਾ ਅਤੇ ਇਹਨੇ ਤੂਤੀ ਵਜਾਉਣ ਦਾ 60,000 ਰੁਪਈਆ ਲੈਣਾ, ਤੂਤੀ ਵਜਾਉਣ ਦਾ ਕਿੰਨਾ, ਉਹਨੂੰ ਪਤਾ ਨਹੀਂ ਕਿੱਧਰੋਂ ਇੱਧਰੋਂ ਮੰਗਾਇਆ ਉਹਨਾਂ ਨਾਰੋ ਵਾਲੋ ਕੋਲ ਕਿੱਥੋਂ, ਤੋਂ ਤੂਤੀ ਵਜਾਉਣ ਦਾ 60,000, ਕੋਈ ਖੁਦਾ ਦਾ ਖੌਫ ਕਰੋ। ਮੈਂ ਆਖਿਆ ਉੱਥੇ ਹੱਕ ਮਾਰਦੀ ਵਾਰੀ ਤਾਂ ਰੌਲਾ ਪਾਈ ਖੜਾ ਜੀ, 5 ਲਿਖਣਾ ਕਿ 10 ਲਿਖਣਾ। ਮੈਂ ਆਖਿਆ ਵੀ ਜਿਹਨਾਂ ਕੁੜੀ ਦਿੱਤੀ ਉਹਨਾਂ ਦੀ ਕੁੜੀ ਦਾ ਰੇਟ 10,000 ਹੈ, ਤੂਤੀ ਵਾਲੇ ਦਾ 60,000 ਹੈ, ਮੌਜ ਨਹੀਂ ਲੱਗੀ ਖੜੀ ਵੀ ਛੋਰੀ ਦਾ ਰੇਟ 10,000 ਲੱਗਾ ਤਾਂ ਤੂਤੀ ਵਾਲੇ ਦਾ 60,000 ਲੱਗਾ। ਇਹ ਜੇ ਵੀ ਮੁਸਲਮਾਨ ਹੁੰਦੇ ਨੇ, ਦੁਆ ਕਰੋ ਅੱਲਾ ਹਦਾਇਤ ਨਸੀਬ ਫਰਮਾਏ। ਤਾਂ ਖੈਰ
امامِ کائنات طبیبِ کبریا محمد رسول اللہ. یعنی بڑی عجیب گل ہے نا بھی جدو حق مار لکھنا ہوتا سلاح ہی پے ہوتے ہیں تو دس کنا لکھنا ہے وہ آتا تو دس ایک مولوی ہرا تو پوچھ لو بھی ویا تا مولوی کا دری دسے تمہوں بھی دو جنا دینا جی تو مڑ پانچ ہزار دس ہزار بھی ہزار تو پا جی آر غور فرمانا. امام کائنات طبیب کبریا محمد رسول اللہ صلی اللہ علیہ وسلم نے فرمایا میں کنیاں چیزاں عرض کیتیاں نے نبی پاک دی اکو حدیث دی گناہگار وضاحت کر رہے ہیں سرکار مدینہ نے اجاب المرء بنفسہ کوئی بندہ ایڈا خود پسند ہوئے نبی پاک نے وہ بھی ہلاک ہو جاندا ہے تکبر تے نخوت دا بت بنیا ہوئے دوجے نو کچھ سمجھے نہ تے اپنے آپ نو وڈا چودھری پیا سمجھدا ہوئے دوجے بندیاں نو سمجھے کہ فلانے ایویں نے آ پاک پیغمبر ایک تو ہے نا یہ ایک مولوی ہوندے نا اچھا کئی مولویاں نو یہی بیماری ہوندی ہے انا ولا غیری میرے تو چنگا ہے گا کون ہے جے مینوں مسئلے آندن کسے نو آندن وہ کئی مولویاں نو یہی بیماری ہوندی انا ولا غیری او با جی ویکھو نا یہ تو قرآن چ لکھا موسیٰ علیہ السلام تو رب نے خضر متھے لایا کہ نہیں خضر نے ہاں بھائی چپ کرتے رہی جی گل مینوں پتا تین کو نہیں پتا کی سمجھتے ہو تھی اتنا مطلب ہے کہ آج سی نہیں کہ ساری تو کئی بندے یہ جی ہوں ایویں فو فو کرتے پھرتے آپ دے وچ خود پسند لوگ سرکاراں نے خود پسند جڑا کسی دن تباہ ہو جائے گا کسی دن ہلاک ہو جائے گا. من تواضع للہ برفعہ اللہ سرکار آدھے نے آج ہی انکساری اختیار کری اللہ تینو بلندیاں تے لے جائے گا تو تا میں فرمایا کنیاں چیزاں ہو گیا گنو ذرا. امام کائنات طبیب کبریا محمد رسول اللہ صلی اللہ علیہ وسلم نے فرمایا سرکار مدینہ نے چنگا وضو کرن والا بندہ گناہاں تو پاک ہو جاندا ہے نماز تو بعد دوجی نماز دا انتظار کرے اے عمل گناہاں دا کفارہ بن جاندا ہے زیادہ سفر کر کے مسجد تے آو اے عمل گناہاں دا کفارہ بن جاندا ہے. میرے نبی پاک نے تین عمل انج دے نے جڑے درجے بلند کر دیندے نے سلام نو عام کرن نال درجے بلند ہوندے نے نبی پاک نے کھانا کھوان نال درجے بلند ہوندے نے پچھلی راتی جاگن نال درجے بلند ہوندے نے سرکار نے تین چیزاں نال اللہ بندے نو نجات دیندا ہے غصے یا حالت خوشی دی اندر انصاف تو کم لینا نجات پا جاندا ہے. نبی پاک فرماندے نے جناب غریبی امیری چ درمیانی راہ اختیار کرنا بندہ نجات پا جاندا ہے. سرکار نے کلا ہوئے لوکاں دے سامنے ہوئے رب کولو ڈرن دا حق ادا کری نجات پا جاندا ہے. سرکار نے تین چیزاں بندے نو ہلاک کر دیندیاں نے اخیر درجے دی کنجوسی بھی ہلاک کر دیندی ہے اور نبی پاک نے خیش پرستی بھی بندے نو ہلاک کر دیندی ہے سرکار نے خود پسندی بھی بندے نو ہلاک کر دیندی ہے اور میرے نبی نے اکو حدیث سے نہ بارہ چیزاں دا ذکر کیتا ہے جے اللہ نے ہدایت دیاں دولتاں دتیاں ہون تے نہ تے عمل کرنا آسان ہو جاندا تے بارہ گلاں یاد رہن دیاں تے دعا کرو اللہ عمل اور سمجھ دی توفیق عطا فرمائے. اقول قولی ھذا استغفر اللہ لی ولکم ولسائر المسلمین. بڑے ساتھیاں نے گناہگار نو دعا واسطے آکھیا بے اولاداں لئی دعا کریا جے پریشان ساتھیاں لئی دعا کریا جے جڑے کاروباری طور تے ڈسٹرب انہاں لئی دعا کریا جے باقی جڑے اپنے فوت ہو گئے نے انہاں لئی دعا کریا جے بھائی یوسف انہاں دی والدہ لئی دعا کریا جے باقی دعا دے معاملے دے اندر آپاں تے تسیں جن نے میں بیٹھا تسیں بیٹھے گناہگار دا پھر آپاں سارے ہی ہاں رل مل کے دعا کریا جے. میرے درینا دوست میرے پرانے ساتھی ماسٹر غلام رسول صاحب تشریف فرما پچھلے دنوں سے بیمار رہے دعا کرو اللہ صحت کاملہ عاجلہ عطا فرمائے صحت ایمان والی زندگی عطا فرمائے. یا رب لک الحمد کما ینبغی لجلال وجہک وعظیم سلطانک
اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد اللهم اشف مرضانا ومرض المسلمين اللہ سونے سب بیماراں نوں شفا عطا فرما اللہ جننے وی چھوٹے وڈے بیمار ماواں بہناں بیمار دوست بزرگ بیمار بچے بیمار اللہ صحت تے ایمان والیاں لمیاں زندگیاں عطا فرما مولا دنیا تے سارے دعا خانے عرش تے تیرا شفا خانہ ہے مولا تو شفا عطا فرما اللہ جدوں تسی شفا دین تے آو چٹ نہیں لگدا میرے مولا جویں اپنے نبی ایوب علیہ السلام نو چٹ پٹ شفاواں دتیاں سن مولا سانو ساڈے مریضاں نو وی انی شفا عطا فرما اللہ کئی میرے ویر کئی میریاں بھنا زندگیاں ہو گئیاں اولاد دے میوے نو پہ ترس دینے اللہ تو ترسے میں دور فرما اللہ ترینا خیسا پوریاں فرما اللہ جنہاں نو دتے نی نیک نمازی حافظ عالم بنا اللہ پوری کائنات نل ود کے بیوی بچے مال جان نل ود کے سرکار مدینہ دا سچا پیار نصیب فرما آپ سرکار دیاں سچیاں محبتاں نصیب فرما محبت پیار دا نام سرکار جنی گل دا آرڈر دے دین من لین دی جدے کولو روک دین جان دی توفیق عطا فرما اللہ ساڈے گھر دے اندر نام تاں برکتاں نازل فرما مولا پاک تے حلال تے طیب روزیاں عطا فرما اللہ مکروزاں دے قرض دور فرما اللہ پریشان ویراں دیاں پریشانیاں آسان فرما اللہ کو میری ماں بہن پریشان اے اللہ ٹینشناں دور فرما اللہ آدم دے بیٹے ہی پل جاندے ہی اللہ بڑے گناہگار اللہ بڑے سیاکار اللہ مولا سچی پوچھے نا ساڈے پلے تے ککھ وی نہیں تیری رحمت دا سمندر ٹھاٹھا ماردا اے مولا راضی ہو جا میرے ربا ساڈے گناہ نہ ویکھ تیری رحمت دا بیرے بے کرائے مولا تو راضی ہو جا عرش والے اپنے گناہگاراں تے راضی ہو جا اللہ سونے جڑے ساڈے دوست بزرگ فوت ہو گئے نے اللہ یار بیلی دنیا چھڈ گئے نے عزیز و اقارب دنیا چھڈ گئے نے اللہ او بزرگ ساڈے جڑے مائی باپ دنیا تو چلے گئے جنہاں تو بغیر جیندے نہیں سان جنہاں تو بغیر رہندے نہیں سان جنہاں تو بغیر دل نہیں سی لگدے اللہ تیرے مہمان بن گئے نے اللہ انہاں دیاں قبراں نوں لل بلور فرما علیلیین چ مقام ادا فرما اللہ سنا درجات بلند فرما اللہ جویں انہاں تیری دنیا چھڈی اے آخر ایک دن ساڈی واری وی تے آونی آونی اے اساں وی تے آخر ایک دن دنیا تو جانا ہی جانا اے اللہ جدوں آئیے ازمائش نہ کری بڑے کمزور تیرے بندے بڑے ماڑے تیرے بندے اللہ جی تے دنیا دی توپ نہیں سہندے اگ دا سیکا نہیں سہندے اللہ جہنم تے ستر گناہ گرمی او دا سیکا وی نہ لگن دے وی اللہ تسی آپ آدے ہو میرا بندہ ایک ہنجو وی سٹے
जिंदगी दे पाप ते गुनाह माफ कर देंदे हो। अल्लाह सानू ते रोण दे वाल ही नहीं आउंदे वाल सिखा मौला। अल्लाह सची पूछे ना असी ते रोण वर्गी शकल बनाण जोगे भी कोई नहीं, बिन रोया राधी हो जा। अल्लाह अगर तेरे महबूब दे गुलाम ने सरकार दे चान वाले ने, अल्लाह अपने महबूब दे गुलामा दे चुकिया तो खाली मोड़ी दा। कुछ मंग दे ने दे दे मौला, तेनू राजी करना है या राजी हो जा मौला। तेरे को माफी लेना है बैठे माफ कर दे मौला। अल्लाह तेनू मनावना है बैठे मन जा मेरे मौला। अल्लाह तेरे गुनागार तेरे नाल सुला करना है बैठे ने सुला फरमा मौला। अल्लाह साडे जन कमियां ते गुनागारां दा भी चंगियां च नाम लिख ले मौला। अल्लाह साडे जन कमियां ते गुनागारां नूं भी नेकां ते सालहीन दी सबसे शामिल कर ले मौला। अल्लाह साडी अखीर ते खात्मा भी चंगा फरमा मौला। जदों दुनिया आखरी सावा होवन मलकल मौत सिराने आया होवे, बीवी ते बच्चियां कोलों जुदाइयां पैण लगन, रिश्तेदारियां बरादरियां छुट्टन लगन, ए दुनिया दियां रंगीनियां ते मौजां मुकन लगन। अल्लाह जदों आखरी सावा होवन मलकल मौत रूह कबत करे जबान ते कलमा जारी फरमा देना। अल्लाह तेरी दुनिया तो जाइए ते कलमा नदी फरमा देना। अल्लाह जिवें तेरे ऐस कर सी सारे मुहब्बत नाल कट्ठे बैठे हाँ, अल्लाह जन्नत च वी इन्नी कट्ठिया फरमा लेना। रब्बाना तकब्बल मिन्ना, रब्बाना तकब्बल मिन्ना, इन्नका अंतस समीउल अलीम, वतुब अलैना इन्नका अंतत तव्वाबुर रहीम। व सल्लल्लाहु तआला अला खैर खल्क़िही मुहम्मदिन व अला आलिही व सहाबिही अजमईन। हफीज इस्लामिक सेंटर मेरा यार इलाहाबाद तो आया है भाई अब्दुल हफीज साहब, ये बात तो पूरी दुनिया दे जाएगी।